ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜੈਸ ਟਿਊਟਰ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਦੀ ਇਸ ਵੀਡੀਓ ਵਿੱਚ ਅਸੀਂ ਡਿਸਕਸ ਕਰਾਂਗੇ ਕਲਾਸ 8 ਦੇ ਬੋਰਡ ਐਗਜ਼ਾਮ ਦਾ ਸਾਇੰਸ ਦੇ ਪੇਪਰ ਦੇ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਆਨਸਰ। ਸੋ ਜਿਨ੍ਹਾਂ ਸਟੂਡੈਂਟ ਨੇ ਵੀ ਮੇਰਾ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਜਲਦੀ ਸਬਸਕ੍ਰਾਈਬ ਕਰ ਲਓ, ਕਿਉਂਕਿ ਜੈਸ ਟਿਊਟਰ ਇੱਕ ਪੰਜਾਬ ਦਾ ਇੱਕ ਅਜਿਹਾ ਚੈਨਲ ਹੈ ਜੋ ਤੁਹਾਨੂੰ 8th ਦੇ ਬੋਰਡ ਦੇ ਐਗਜ਼ਾਮ ਦੀ ਤਿਆਰੀ ਲਾਈਵ ਹੋ ਕੇ ਵੀ ਕਰਾ ਰਿਹਾ ਤੇ ਵੀਡੀਓਜ਼ ਪਾ ਕੇ ਵੀ ਕਰਾ ਰਿਹਾ। ਜਿਨ੍ਹਾਂ ਸਟੂਡੈਂਟ ਅਜੇ ਤੱਕ ਨਹੀਂ ਪਤਾ ਉਹਨਾਂ ਨੂੰ ਮੈਂ ਦੱਸ ਦੇਣਾ ਚਾਹੁੰਦਾ ਕਿ ਤੁਹਾਡੇ ਬੋਰਡ ਦੇ ਐਗਜ਼ਾਮ ਦੀ ਤਿਆਰੀ ਹਰ ਰੋਜ਼ ਸ਼ਾਮ ਨੂੰ 7 ਤੋਂ 8 ਵਜੇ ਤੱਕ ਲਾਈਵ ਵੀ ਕਰਵਾਈ ਜਾਂਦੀ ਆ। ਸੋ ਜਲਦੀ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਰੋ ਲਾਈਕ। ਸੋ ਚਲੋ ਜੀ ਫੇਰ ਕਰੀਏ ਸਟਾਰਟ ਅੱਜ ਦੀ ਵੀਡੀਓ। ਫਸਟ ਕੁਐਸਚਨ ਹੈ ਜੀ ਆਪਣੇ ਕੋਲ, ਢੁੱਕਵੇਂ ਸ਼ਬਦਾਂ ਦੁਆਰਾ ਖਾਲੀ ਥਾਵਾਂ ਭਰੋ। ਇੱਕੋ ਕਿਸਮ ਦੇ ਪੌਦਿਆਂ ਨੂੰ ਇੱਕੋ ਥਾਂ ਤੇ ਵੱਡੇ ਪੱਧਰ ਤੇ ਗਾਉਣ ਨੂੰ ਕੀ ਕਹਿੰਦੇ ਆ ਜੀ? ਫਸਲ। ਫਸਲ ਗਾਉਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਕਦਮ ਮਿੱਟੀ ਦੀ ਕੀ ਕੀਤੀ ਜਾਂਦੀ ਹੈ? ਤਿਆਰੀ। ਖਰਾਬ ਬੀਜ ਪਾਣੀ ਦੇ ਉੱਪਰ ਡੈ ਸ਼ੁਰੂ ਕਰ ਦਿੰਦੇ ਹਨ ਤੈਰਨਾ। ਫਸਲ ਉਗਾਉਣ ਲਈ ਉਚਿਤ ਸੂਰਜੀ ਪ੍ਰਕਾਸ਼ ਅਤੇ ਮਿੱਟੀ ਵਿੱਚ ਉਚਿਤ ਡੈਸ਼ ਹੋਣੇ ਚਾਹੀਦੇ ਹਨ, ਪਾਣੀ ਅਤੇ ਪੋਸ਼ਕ ਤੱਤ। ਨੈਕਸਟ ਆਪਣੇ ਕੋਲ ਹੈ ਜੀ ਮੈਚਿੰਗ। ਖਰੀਫ ਫਸਲਾਂ ਧਾਨ ਚਾਵਲ, ਰੱਬੀ ਫਸਲਾਂ ਕਣਕ ਛੋਲੇ ਮਟਰ, ਰਸਾਇਣਿਕ ਖਾਦਾਂ ਯੂਰੀਆ ਅਤੇ ਸੁਪਰ ਫਾਸਫੇਟ, ਦੇਸੀ ਖਾਦਾਂ ਪਸ਼ੂਆਂ ਦਾ ਗੋਬਰ, ਮੂਤਰ, ਪੌਦਿਆਂ ਦੇ ਫਾਲਤੂ ਪਦਾਰਥ। ਨੈਕਸਟ ਆ ਜੀ ਆਪਣੇ ਕੋਲ ਖਰੀਫ ਸਾਉਣੀ ਦੀਆਂ ਫਸਲਾਂ ਕਿਹੜੀਆਂ ਹੁੰਦੀਆਂ? ਧਾਨ ਚਾਵਲ ਮੱਕੀ, ਰੱਬੀ ਹਾੜੀ ਦੀਆਂ ਫਸਲਾਂ ਕਣਕ ਛੋਲੇ ਮਟਰ। ਨੈਕਸਟ ਆ ਜੀ ਆਪਣੇ ਕੋਲ ਹੇਠ ਲਿਖਿਆਂ ਤੇ ਨੋਟ ਲਿਖੋ। ਭੂਮੀ ਦੀ ਤਿਆਰੀ। ਖੇਤ ਜਾਂ ਭੂਮੀ ਨੂੰ ਤਿਆਰ ਕਰਨ ਲਈ ਪਹਿਲਾਂ ਹਲ ਦੀ ਮਦਦ ਨਾਲ ਮਿੱਟੀ ਨੂੰ ਪੁੱਟ ਕੇ ਪੌਲਾ ਕੀਤਾ ਜਾਂਦਾ ਹੈ। ਅਜਿਹਾ ਕਰਨ ਨਾਲ ਹੇਠਲੀ ਪੋਸ਼ਕ ਤੱਤਾਂ ਨਾਲ ਭਰਪੂਰ ਮਿੱਟੀ ਉੱਪਰ ਆ ਜਾਂਦੀ ਹੈ। ਜੇਕਰ ਮਿੱਟੀ ਬਹੁਤ ਖੁਸ਼ਕ ਹੋਵੇ ਤਾਂ ਹਲ ਵਾਹੁਣ ਤੋਂ ਪਹਿਲਾਂ ਸਿੰਚਾਈ ਦੀ ਵੀ ਜ਼ਰੂਰਤ ਹੁੰਦੀ ਆ। ਇਸ ਤੋਂ ਬਾਅਦ ਸੁਹਾਗੇ ਦੀ ਮਦਦ ਨਾਲ ਖੇਤ ਨੂੰ ਪੱਧਰਾ ਕੀਤਾ ਜਾਂਦਾ ਹੈ। ਨੈਕਸਟ ਇੰਪੋਰਟੈਂਟ ਹੈ ਜੀ ਆਪਣੇ ਕੋਲ ਗੋਡੀ। ਨੈਕਸਟ ਹੈ ਜੀ ਗੋਡੀ। ਬੇਲੋੜੇ ਪੌਦੇ ਨਦੀਨਾਂ ਨੂੰ ਫਸਲ ਵਿੱਚੋਂ ਬਾਹਰ ਕੱਢਣ ਦੀ ਪ੍ਰਕਿਰਿਆ ਨੂੰ ਗੋਡੀ ਕਹਿੰਦੇ ਹਨ। ਗੋਡੀ ਹੱਥਾਂ ਨਾਲ ਖੁਰਪੇ ਜਾਂ ਸੀਡ ਡਰਿਲ ਆਦਿ ਨਾਲ ਕੀਤੀ ਜਾਂਦੀ ਹੈ। ਨੈਕਸਟ ਇੰਪੋਰਟੈਂਟ ਕੁਐਸਚਨ ਹੈ ਜੀ ਰਸਾਇਣਕ ਖਾਦਾਂ ਅਤੇ ਰੂੜੀ ਖਾਦਾਂ ਵਿੱਚ ਅੰਤਰ ਸਪਸ਼ਟ ਕਰੋ। ਰਸਾਇਣਕ ਖਾਦਾਂ ਅਕਾਰਬਨਿਕ ਪਦਾਰਥ ਹਨ। ਰੂੜੀ ਖਾਦ ਕੁਦਰਤੀ ਪਦਾਰਥ ਹੈ ਜੋ ਕਿ ਪੌਦਿਆਂ ਅਤੇ ਜੰਤੂਆਂ ਦੇ ਵਿਅਰਥ ਪਦਾਰਥਾਂ ਦੇ ਅਪਘਟਨ ਤੋਂ ਤਿਆਰ ਹੁੰਦੀ ਹੈ। ਨੰਬਰ 2 ਤੇ ਆ ਰਸਾਇਣਕ ਖਾਦਾਂ ਦਾ ਉਤਪਾਦਨ ਫੈਕਟਰੀਆਂ ਵਿੱਚ ਕੀਤਾ ਜਾਂਦਾ ਹੈ ਤੇ ਰੂੜੀ ਖਾਦ ਖੇਤਾਂ ਵਿੱਚ ਜਾਂ ਘਰਾਂ ਦੇ ਬਾਹਰ ਖੁੱਲੀ ਥਾਂ ਵਿੱਚ ਤਿਆਰ ਕੀਤੀ ਜਾਂਦੀ ਹੈ। 3rd ਨੰਬਰ ਤੇ ਰਸਾਇਣਕ ਖਾਦਾਂ ਭੂਮੀ ਨੂੰ ਮੱਲੜ ਪ੍ਰਦਾਨ ਨਹੀਂ ਕਰਦੀਆਂ, ਰੂੜੀ ਖਾਦ ਭੂਮੀ ਨੂੰ ਭਰਪੂਰ ਮਾਤਰਾ ਵਿੱਚ ਮੱਲੜ ਪ੍ਰਦਾਨ ਕਰਦੀ ਹੈ। 4th ਨੰਬਰ ਤੇ ਰਸਾਇਣਕ ਖਾਦਾਂ ਵਿੱਚ ਨਾਈਟ੍ਰੋਜਨ, ਫਾਸਫੋਰਸ ਤੇ ਪੋਟਾਸ਼ੀਅਮ ਆਦਿ ਪੋਸ਼ਕ ਤੱਤ ਭਰਪੂਰ ਮਾਤਰਾ ਵਿੱਚ ਹੁੰਦੇ ਹਨ, ਰੂੜੀ ਖਾਦਾਂ ਵਿੱਚ ਰਸਾਇਣਕ ਖਾਦਾਂ ਦੀ ਤੁਲਨਾ ਵਿੱਚ ਇਹ ਪੋਸ਼ਕ ਤੱਤ ਘੱਟ ਮਾਤਰਾ ਵਿੱਚ ਹੁੰਦੇ ਹਨ। ਨੈਕਸਟ ਇੰਪੋਰਟੈਂਟ ਹੈ ਜੀ ਆਪਣੇ ਕੋਲ ਸਿੰਚਾਈ ਕੀ ਹੈ? ਸਿੰਚਾਈ ਦੇ 2 ਅਜਿਹੇ ਢੰਗਾਂ ਦੀ ਵਿਆਖਿਆ ਕਰੋ ਜੋ ਪਾਣੀ ਦੀ ਬੱਚਤ ਕਰਦੇ ਹਨ। ਸਿੰਚਾਈ ਕੀ ਹੈ? ਫਸਲ ਨੂੰ ਉਚਿਤ ਅੰਤਰਾਲ ਤੇ ਪਾਣੀ ਦੇਣ ਦੀ ਕਿਰਿਆ ਨੂੰ ਸਿੰਚਾਈ ਕਹਿੰਦੇ ਹਨ। 2 ਢੰਗਾਂ ਦੇ ਨਾਲ ਪਾਣੀ ਦੀ ਬੱਚਤ ਹੋ ਸਕਦੀ ਹੈ। ਫੁਹਾਰਾ ਪ੍ਰਣਾਲੀ, ਇਸ ਵਿਧੀ ਵਿੱਚ ਲੰਬਾਤਮਕ ਰੂਪ ਵਿੱਚ ਖੜੀਆਂ ਪਾਈਪਾਂ ਦੇ ਸਿਰੇ ਤੇ ਘੁੰਮਣ ਵਾਲੀਆਂ ਨੋਜ਼ਲਾਂ ਫਿੱਟ ਕਰਕੇ ਇੱਕ ਮੁੱਖ ਪਾਈਪ ਰਾਹੀਂ ਪਾਣੀ ਵਰਖਾ ਵਾਂਗ ਛਿੜਕਿਆ ਜਾਂਦਾ ਹੈ। ਨੈਕਸਟ ਹੈ ਤੁਪਕਾ ਪ੍ਰਣਾਲੀ, ਇਸ ਵਿਧੀ ਵਿੱਚ ਪਾਈਪਾਂ ਰਾਹੀਂ ਪਾਣੀ ਨੂੰ ਤੁਪਕਾ ਤੁਪਕਾ ਕਰਕੇ ਸਿਰਫ ਪੌਦਿਆਂ ਦੀ ਜੜ੍ਹਾਂ ਨੇੜੇ ਹੀ ਛੱਡਿਆ ਜਾਂਦਾ। ਨੈਕਸਟ ਹੈ ਜੀ ਆਪਣੇ ਕੋਲ ਨਦੀਨ ਕੀ ਹੁੰਦੇ ਹਨ? ਅਸੀਂ ਇਹਨਾਂ ਨੂੰ ਕਿਵੇਂ ਕੰਟਰੋਲ ਕਰ ਸਕਦੇ ਹਾਂ? ਮੁੱਖ ਫਸਲ ਨਾਲ ਉੱਗੇ ਬੇਲੋੜੇ ਪੌਦਿਆਂ ਨੂੰ ਨਦੀਨ ਕਹਿੰਦੇ ਹਨ। ਹੱਥ ਜਾਂ ਖੁਰਪੇ ਨਾਲ ਗੋਡੀ ਕਰਕੇ ਨਦੀਨ ਨਾਸ਼ਕਾਂ ਦਾ ਛਿੜਕਾਅ ਕਰਕੇ ਨਦੀਨਾਂ ਨੂੰ ਕੰਟਰੋਲ ਕਰ ਸਕਦੇ। ਨੈਕਸਟ, ਇੰਨੀ ਵੱਡੀ ਜਨਸੰਖਿਆ ਨੂੰ ਭੋਜਨ ਉਪਲਬਧ ਕਰਾਉਣ ਲਈ ਸਾਨੂੰ ਕੀ ਕਰਨ ਦੀ ਲੋੜ ਹੈ? ਆਂਸਰ ਹੈ ਜੀ ਇਹਦੇ ਚ ਉਪਰੋਕਤ ਸਾਰੇ। ਇਸ ਨੂੰ ਆਪਾਂ ਰੀਡ ਵੀ ਕਰ ਲੈਂਦੇ ਹਾਂ ਕਿਉਂਕਿ ਕਈ ਵਾਰੀ ਛੋਟੇ ਕੁਐਸਚਨ ਵਿੱਚ ਵੀ ਬਣ ਕੇ ਆ ਜਾਂਦਾ ਹੈ। ਲਗਾਤਾਰ ਉਤਪਾਦਨ, ਉਚਿਤ ਪ੍ਰਬੰਧਨ, ਸਹੀ ਵੰਡ ਪ੍ਰਣਾਲੀ। ਨੈਕਸਟ, ਰੱਬੀ ਦੀ ਫਸਲਾਂ ਕਿਹੜੀ ਰੁੱਤ ਵਿੱਚ ਉਗਾਈਆਂ ਜਾਂਦੀਆਂ ਹਨ? ਸਰਦੀ। ਨੈਕਸਟ, ਝੋਨੇ ਧਾਨ ਦੀ ਫਸਲ ਨੂੰ ਫਸਲਾਂ ਦੇ ਕਿਸ ਵਰਗ ਵਿੱਚ ਰੱਖੋਗੇ? ਆਂਸਰ ਹੈ ਜੀ ਖਰੀਫ ਦੀ ਫਸਲ। ਹੇਠ ਲਿਖਿਆਂ ਵਿੱਚੋਂ ਕਿਹੜੀ ਖੇਤੀ ਪੱਧਤੀ ਨਹੀਂ ਹੈ? ਢੋਆ ਢੁਆਈ। ਆਸ਼ਾ ਦੇ ਚਾਚਾ ਜੀ ਅੱਜ ਖੇਤ ਵਿੱਚ ਫਸਲ ਬੀਜਣ ਤੋਂ ਪਹਿਲਾਂ ਮਿੱਟੀ ਨੂੰ ਪੱਧਰਾ ਕਰ ਰਹੇ ਹਨ। ਇਸ ਕੰਮ ਲਈ ਉਹ ਇੱਕ ਖਾਸ ਔਜ਼ਾਰ ਦੀ ਵਰਤੋਂ ਕਰ ਰਹੇ ਹਨ। ਇਸ ਔਜ਼ਾਰ ਨੂੰ ਕੀ ਕਿਹਾ ਜਾਂਦਾ ਹੈ? ਸੁਹਾਗਾ। ਕੱਟੀ ਹੋਈ ਫਸਲ ਵਿੱਚੋਂ ਦਾਣਿਆਂ ਨੂੰ ਵੱਖ ਕਰਨ ਦੀ ਵਿਧੀ ਨੂੰ ਕੀ ਕਹਿੰਦੇ ਨੇ? ਗਹਾਈ। ਮਿੱਟੀ ਨੂੰ ਉਲਟਾਉਣ ਪਲਟਾਉਣ ਅਤੇ ਪੋਲਾ ਕਰਨ ਦੀ ਪ੍ਰਕਿਰਿਆ ਨੂੰ ਕੀ ਕਹਿੰਦੇ ਹਨ? ਹੱਲ ਵਾਹੁਣਾ। ਨੈਕਸਟ ਹੈ ਜੀ ਗੁਰਮੀਤ ਨੇ ਆਪਣੇ ਪਿਤਾ ਜੀ ਨੂੰ ਖੇਤ ਵਿੱਚੋਂ ਬੇਲੋੜੇ ਅਤੇ ਅਣਬੀਜੇ ਪੌਦਿਆਂ ਨੂੰ ਬਾਹਰ ਕੱਢਦੇ ਹੋਏ ਦੇਖਿਆ। ਅਜਿਹੇ ਬੇਰੋੜੇ ਪੌਦਿਆਂ ਨੂੰ ਕੀ ਕਹਿੰਦੇ ਹਨ? ਨਦੀਨ। ਨੈਕਸਟ, 2,4-D ਇੱਕ ਡੈਸ਼ ਦੀ ਕਿਸਮ ਹੈ, ਨਦੀਨ ਨਾਸ਼ਕ। ਸਿੰਚਾਈ ਦੀ ਕੀ ਮਹੱਤਤਾ ਹੈ? ਬੀਜ ਦਾ ਪੁੰਗਰਨਾ ਸੰਭਵ ਕਰਨਾ, ਪਾਣੀ ਵਿੱਚ ਘੁਲੇ ਪੋਸ਼ਕ ਤੱਤਾਂ ਨੂੰ ਪੌਦੇ ਦੇ ਹਰੇਕ ਅੰਗ ਤੱਕ ਪਹੁੰਚਾਉਣਾ, ਫਸਲ ਨੂੰ ਠੰਡੀਆਂ ਅਤੇ ਗਰਮ ਹਵਾਵਾਂ ਸਮੇਂ ਬਚਾ ਕੇ ਰੱਖਣਾ, ਇਹ ਸਾਰੇ ਆਪਸ਼ਨ ਹੀ ਸਿੰਚਾਈ ਦੀ ਮਹੱਤਤਾ ਦੇ ਵਿੱਚ ਆਉਂਦੇ ਨੇ। ਨੈਕਸਟ, ਰਸਾਇਣਿਕ ਖਾਦਾਂ ਦੀ ਜ਼ਿਆਦਾ ਵਰਤੋਂ ਨਾਲ ਕੀ ਹੁੰਦਾ ਹੈ? ਮਿੱਟੀ ਦੀ ਉਪਜਾਊ ਸ਼ਕਤੀ ਵਿੱਚ ਘਾਟਾ ਅਤੇ ਪਾਣੀ ਦਾ ਪ੍ਰਦੂਸ਼ਣ, ਇਹ ਦੋਨੋਂ ਹੁੰਦੇ ਨੇ। ਹੇਠ ਲਿਖੇ ਪਦਾਰਥਾਂ ਵਿੱਚੋਂ ਕਿਸ ਵਿੱਚ ਵਿਸ਼ੇਸ਼ ਪੋਸ਼ਕ ਤੱਤ ਜ਼ਿਆਦਾ ਮਾਤਰਾ ਵਿੱਚ ਹੁੰਦੇ ਹਨ? ਰਸਾਇਣਿਕ ਖਾਦਾਂ। ਜੈਵਿਕ ਖਾਦ ਤੋਂ ਕੀ ਭਾਵ ਹੈ? ਪੌਦਿਆਂ ਅਤੇ ਜੰਤੂਆਂ ਦੇ ਵਿਅਰਥ ਪਦਾਰਥਾਂ ਦੇ ਅਪਘਟਨ ਤੋਂ ਤਿਆਰ ਖਾਦ ਨੂੰ ਜੈਵਿਕ ਖਾਦ ਕਿਹਾ ਜਾਂਦਾ ਹੈ। ਪਸ਼ੂ ਪਾਲਣ ਕੀ ਹੈ? ਕੁਝ ਉਪਜਾਂ ਪ੍ਰਾਪਤ ਕਰਨ ਲਈ ਪਸ਼ੂਆਂ ਨੂੰ ਨਿਵਾਸ ਸਥਾਨ, ਭੋਜਨ ਦੇਣ ਅਤੇ ਦੇਖਭਾਲ ਕਰਨ ਨੂੰ ਪਸ਼ੂ ਪਾਲਣ ਕਹਿੰਦੇ ਹਨ। ਨਾਈਟ੍ਰੋਜਨ ਸਥਿਰੀਕਰਨ ਤੋਂ ਕੀ ਭਾਵ ਹੈ?
कुछ जीवाणुओं द्वारा वायुमंडल में ही नाइट्रोजन गैस में इसके यौगिकों में बदलिया जाता है ताकि पौधे नाइट्रोजन ग्रहण कर सकन। इस क्रिया नाइट्रोजन स्थिरीकरण कहा जाता है। नैक्सट है जी अपने को फिलिंग द ब्लैंक। सूखम जीव डैश की सहायता वेखे जा सकते हैं। सूखम दर्शी अल्कोहल डैश की मदद तैयार की जाती है। यीस्ट या खमीर हैजा डैश कारण फैलता है जीवाणुआ। नैक्सट है जी अपने को मैचिंग जीवाणु हैजा फैलन का कारण। राइजोबियम नाइट्रोजन स्थिरीकरण। लैक्टोबैलसियंस दही का जमना। खमीर ब्रैड बनाना। प्रोटोजोआ मलेरिया फैलन का कारण। विषाणु एड्स फैलन का कारण। नैक्सट कि सूखम जीवन नंगी अख नाल देखा जा सकता है। नहीं, सूखम जीवन सूखम दर्शी दी मदद नाल देखा जा सकता है। सूखम जीव के मुख वर्ग केड़े केड़े हैं। जीवाणु उल्लियां प्रोटोजोआ काई अते विषाणु। उन्हां सूखम जीवां दे नाम दसो जो मिट्टी विचों वायुमंडल विच नाइट्रोजन का स्थिरीकरण करते हैं। जीवाणु राइजोबियम नीली हरी काई। नैक्सट सूखम जीवां द्वारा होने वाली हानियां। कुछ सूखम जीव भोजन खराब करते हैं। कुछ मनुख विच बीमारियां फैलाउंदे हन। कुछ जानवरां विच बीमारियां फैलाउंदे हन जिवें मूंह खुर एंथ्रैक्स आदि। कुछ पौद्यां विच बीमारी फैलाउंदे हन जिवें कणक दी कुंगी सिट्रस कैंकर। कुछ चमड़े तों बणियां वस्तुआं नूं खराब कर दिंदे हन। नैक्सट प्रतिजैविक दवाइयां की हन। उह दवाइयां जो बीमारी फैलण वाले सूखम जीवां नूं जां तां मार दिंदियां जां उहनां दे वाधे नूं रोक दिंदियां हन जिवें सट्रैप्टोमाइसिन टैट्रासाइक्लिन पेंसिलिन आदि। प्रतिजैविक दवाइयां किसी माहर डाक्टर की सलाह अनुसार ही लैनियां चाहीदियां हन अते कोर्स पूरा करना चाहिदा है। ज्यादा लंबे समय तक इन्हां दी वरतों शरीर लई हानिकारक हो सकती है। मल्टीपल चॉइस क्वेश्चन। अज पहली दे विज्ञान विषय दे अध्यापक जमात विच अपने नाल इक यंत्र लैके आउंदे हन। पहली जानना चाहुंदी है कि इस यंत्र दा नाम की है। दैट इज अ माइक्रोस्कोप। पैकेटां विच उपलब्ध दुध लंबे समय तक खराब नहीं हुंदा। क्यों नहीं हुंदा? पास्चरीकृत होण कारण। खमीर दी वरतों हेठ लिखियां विचों किसदी तैयारी कीती जांदी है? शराब। हेठ लिखियां विचों केड़ी प्रतिजैविक दवाई है? सट्रैप्टोमाइसिन। मलेरिया फैलाउण वाले प्रोटोजोआ दा वाहक मादा एनाफ्लीज मच्छर। छूत दे रोगां दा आम वाह केड़ा है? घरेलू मक्खी। खंड दे अलकोहल शराब विच बदलन दी प्रक्रिया नूं की कहिंदे आ? खमीरन क्रिया। नैक्सट मैचिंग है जी अपने कोल जीवाणु हैजा फैलण दा कारण। राइजोबियम नाइट्रोजन दा स्थिरीकरण। विषाणु एड्स फैलण दा कारण। प्रोटोजोआ मलेरिया फैलण दा कारण। नैक्सट भोजन पदार्थां नूं खराब होण तों बचाउण लई वरते जांदे रसायणकां नूं की कहा जांदा है? परिरक्षक। नैक्सट कणक दी कुंगी किस सूखम जीव दे कारण पैदा हुंदी है? उल्ली। हेठ लिखियां विचों डेंगू विषाणु दे वाहक दा कम कौण करदा है? मादा एडीज मच्छर। केड़ा लागदा रोग नहीं है? मलेरिया। नैक्सट है जी खाली थावां भरो। ओह खेतर जिथे जानवरां नूं उहनां दे कुदरती आवास विच सुरक्षित रख्या जांदा है की कहिंदे उहनूं? जंगली जीवन रखां। ओह प्रजातियां जो किसी विशेष खेतर विच जांदियां खास स्थानक प्रजातियां जां उहनूं दुर्लभ जातियां कहा जांदा। प्रवासी पंछी अपने कुदरती आवास स्थानां तों डैश विच परिवर्तन दे कारण दूर दराडे स्थानां वल प्रवेश करदे हन। जलवायु। चिड़ियाघर ते जंगली जीवन रखां दे विच की फर्क है? चिड़ियाघर उह खेतर हुंदे हन जिथे जंगली जीवां नूं लोकां दे मनोरंजन लई बनावटी आवास विच रख्या जांदा है ते जंगली जीवन रखां उह खेतर जिथे केवल जानवरां नूं उहनां दे कुदरती आवास विच सुरक्षित रख्या जांदा है ਨੂੰ ਜੰਗਲੀ ਜੀਵਨ ਰੱਖਾਂ ਕਹਿੰਦੇ ਹਨ। ਸੰਕਟਕਾਲੀਨ ਪ੍ਰਜਾਤੀਆਂ। ਇਹ ਉਹ ਪ੍ਰਜਾਤੀਆਂ ਜੋ ਭਵਿੱਖ ਵਿੱਚ ਖਤਮ ਹੋ ਸਕਦੀਆਂ ਹਨ। ਉਦਾਹਰਣ ਵਜੋਂ ਬਾਘ। ਅਲੋਪ ਹੋ ਚੁੱਕੀਆਂ ਪ੍ਰਜਾਤੀਆਂ। ਇਹ ਉਹ ਪ੍ਰਜਾਤੀਆਂ ਜਿਨ੍ਹਾਂ ਦੀ ਹੁਣ ਧਰਤੀ ਤੋਂ ਖਤਮ ਹੋ ਚੁੱਕੀ ਹੈ ਜਿਵੇਂ ਡਾਇਨਾਸੌਰ। ਕੀ ਹੋਵੇਗਾ ਜੇ ਅਸੀਂ ਦਰਖਤਾਂ ਦੀ ਕਟਾਈ ਕਰਦੇ ਰਹੇ? ਦਰਖਤਾਂ ਦੀ ਕਟਾਈ ਕਾਰਨ ਜੰਗਲੀ ਜੀਵਾਂ ਦੇ ਆਵਾਸ ਸਥਾਨ ਖਤਮ ਹੋ ਜਾਣਗੇ। ਵਾਤਾਵਰਣ ਦਾ ਸੰਤੁਲਨ ਵਿਗੜ ਜਾਏਗਾ। ਗਰਮੀ ਵੱਧ ਜਾਏਗੀ। ਵਰਖਾ ਘੱਟ ਜਾਏਗੀ। ਭੌਂਖੋਰ ਵੱਧ ਜਾਵੇਗਾ। ਆਕਸੀਜਨ ਦਾ ਪੱਧਰ ਘੱਟ ਜਾਵੇਗਾ। ਕੁਦਰਤੀ ਆਫਤਾਂ ਜਿਵੇਂ ਹੜ੍ਹ ਸੋਕਾ ਆਦਿ ਵੱਧ ਜਾਣਗੇ। ਜੰਗਲਾਂ ਦੀ ਕਟਾਈ ਦੇ ਕਾਰਨ ਤੇ ਪ੍ਰਭਾਵ। ਇਮਾਰਤੀ ਲੱਕੜੀ ਦੀ ਪ੍ਰਾਪਤੀ ਲਈ, ਸੜਕਾਂ ਤੇ ਡੈਮਾਂ ਦੇ ਨਿਰਮਾਣ ਲਈ, ਖੇਤੀਬਾੜੀ ਯੋਗ ਖੇਤਰ ਵਧਾਉਣ ਲਈ, ਸ਼ਹਿਰੀਕਰਨ ਅਤੇ ਉਦਯੋਗੀਕਰਨ ਲਈ। ਪ੍ਰਭਾਵ ਕੀ ਨੇ ਜੀ ਇਹਦੇ? ਜੰਗਲੀ ਜੀਵਾਂ ਦੇ ਆਵਾਸ ਸਥਾਨ ਖਤਮ ਹੋ ਜਾਣਗੇ। ਵਾਤਾਵਰਣ ਦਾ ਸੰਤੁਲਨ ਵਿਗੜ ਜਾਵੇਗਾ। ਗਰਮੀ ਵੱਧ ਜਾਵੇਗੀ। ਵਰਖਾ ਘੱਟ ਜਾਵੇਗੀ। ਭੌਂਖਰ ਵੱਧ ਜਾਵੇਗਾ। ਆਕਸੀਜਨ ਦਾ ਪੱਧਰ ਘੱਟ ਜਾਵੇਗਾ। ਕੁਦਰਤੀ ਆਫਤਾਂ ਜਿਵੇਂ ਹੜ੍ਹ ਸੋਕਾ ਆਦਿ ਵੱਧ ਜਾਣਗੇ। ਰੈੱਡ ਡਾਟਾ ਬੁੱਕ ਕੀ ਹੈ? ਰੈੱਡ ਡਾਟਾ ਬੁੱਕ ਇੱਕ ਅਜਿਹੀ ਕਿਤਾਬ ਹੈ ਜਿਸ ਵਿੱਚ ਸਾਰੀਆਂ ਸੰਕਟਕਾਲੀਨ ਪ੍ਰਜਾਤੀਆਂ ਦਾ ਰਿਕਾਰਡ ਰੱਖਿਆ ਜਾਂਦਾ ਹੈ। ਪ੍ਰਵਾਸ ਤੋਂ ਤੁਸੀਂ ਕੀ ਸਮਝਦੇ ਹੋ? ਪ੍ਰਵਾਸ ਇੱਕ ਅਜਿਹੀ ਪ੍ਰਤੱਖ ਘਟਨਾ ਹੈ ਜਿਸ ਵਿੱਚ ਕੁਝ ਪ੍ਰਜਾਤੀਆਂ ਆਪਣੇ ਕੁਦਰਤੀ ਆਵਾਸ ਨੂੰ ਛੱਡ ਕੇ ਕਿਸੇ ਹੋਰ ਸਥਾਨ ਵੱਲ ਹਰ ਸਾਲ ਕਿਸੇ ਵਿਸ਼ੇਸ਼ ਸਮਾਂ ਅਵਧੀ ਤੱਕ ਖਾਸ ਕਰਕੇ ਪ੍ਰਜਨਨ ਲਈ ਚਲੀਆਂ ਜਾਂਦੀਆਂ ਹਨ। ਸਾਨੂੰ ਆਪਣੇ ਖੇਤਰ ਵਿੱਚ ਹਰਿਆਲੀ ਬਣਾਈ ਰੱਖਣ ਲਈ ਕੀ ਕਰ ਸਕਦੇ ਹਾਂ? ਅਸੀਂ ਵੱਧ ਤੋਂ ਵੱਧ ਦਰਖਤ ਲਗਾਉਣੇ ਚਾਹੀਦੇ ਹਨ। ਦਰਖਤਾਂ ਦੀ ਕਟਾਈ ਨਹੀਂ ਕਰਨੀ ਚਾਹੀਦੀ। ਲੋਕਾਂ ਨੂੰ ਦਰਖਤਾਂ ਦੇ ਲਾਭ ਅਤੇ ਕਟਾਈ ਦੇ ਬੁਰੇ ਪ੍ਰਭਾਵਾਂ ਬਾਰੇ ਜਾਗਰੂਕ ਕਰਨਾ ਚਾਹੀਦਾ। ਜੰਗਲਾਂ ਦੀ ਅੰਨੇਵਾਹ ਕਟਾਈ ਵਰਖਾ ਨੂੰ ਕਿਵੇਂ ਘਟਾਉਂਦੀ ਹੈ? ਅਸੀਂ ਜਾਣਦੇ ਹਾਂ ਕਿ ਪੌਦੇ ਵਾਸ਼ਪੀਕਰਨ ਦੁਆਰਾ ਬੱਦਲ ਨਿਰਮਾਣ ਅਤੇ ਵਰਖਾ ਲਿਆਉਣ ਵਿੱਚ ਸਹਾਇਤਾ ਕਰਦੇ ਹਨ। ਇਸ ਲਈ ਜੰਗਲਾਂ ਦੀ ਕਟਾਈ ਨਾਲ ਵਰਖਾ ਵਿੱਚ ਕਮੀ ਆਉਂਦੀ ਹੈ। ਸਾਨੂੰ ਕਾਗਜ਼ ਦੀ ਬੱਚਤ ਕਿਉਂ ਕਰਨੀ ਚਾਹੀਦੀ ਹੈ? ਕਿਉਂਕਿ ਕਾਗਜ਼ ਦਰਖਤਾਂ ਦੀ ਪਲਪ ਤੋਂ ਤਿਆਰ ਕੀਤਾ ਜਾਂਦਾ ਹੈ।
इस लिए कागज बनाने लिए दरख्तों की कटाई करनी पैंती है, इसलिए सानू कागज की बचत करनी चाहिए है। कागज की बचत लिए सानू हेठ लिखे काम करने चाहिए हैं। रद्दी कागज को मुड़ उत्पादन लिए फैक्ट्रियां भेजना चाहिए है। रद्दी कागज की मुड़ वरतों लिफाफे बनाने लिए करनी चाहिए है। कागज की फालतू वरतों नहीं करनी चाहिए। कापियां के बचे हुए सफ़ों तो रफ काम लिए कापी बना लेनी चाहिए है। अंचल और सुमन अपने अध्यापक नाल हरीके पत्तण घूमण गए। अंचल ने अपने अध्यापक तो पंछियों बारे की पूछा तो अध्यापक ने पंछियों बारे की दस्या प्रवासी पंछी रजिंदर जून की छुट्टियों में दिल्ली विखे चिड़ियाघर घूमण गया। अध्यापक ने उन्हें दस्या कि प्रजाति खात्मे की कगार से है। रजिंदर ने अध्यापक ने इसे रिकॉर्ड रखने बारे पूछा तो अध्यापक ने की उत्तर दिता रैड डाटा बुक में। नीरज और भारत को पंचमढ़ी जीव मंडल रिजर्व देखने लिए किथे जाना पवेगा? मध्य प्रदेश। जैव विभिन्नता तो की भाव है? जिथे बहुत सारे पौधे होण, जिथे बहुत सारे जीव होण। नैक्सट है जी, जैव विभिन्नता तो की भाव है? जिथे कई तरह के पौधे जीव जंतुआं दीआं प्रजातियां दा आपस विच अते वातावरण नाल संबंध होवे। संकटकालीन जंगली जीवां दीआं दो प्रजातियां काले हिरण अते सफेद अखां वाले हिरण सजीवां दी प्रजाति तो की भाव है? ऑप्शन है जी आंसर इहदे विच ऊड़ा अते ऐड़ा। विशेष खेतरां विच पाए जाण वाले पेड़ पौधे ते विशेष खेतरां विच पाए जाण वाले जीव ये सारे की हुंदे ने? सजीव प्रजाति हुंदे ने। मिट्टी दे मारूथलीकरण तो की भाव है? मिट्टी विच मल्लण दी कमी कारण उपजाऊ शक्ति दा घटना। प्रवासी पंछी दीआं कोई दो उदाहरणा ग्रेटर फ्लेमिंगो ਅਤੇ ਸਾਈਬੇਰੀਅਨ ਕਰੇਨ। ਟਰੂ ਫਾਲਸ, ਇੱਕ ਸੈਲੀ ਜੀਵਾਂ ਵਿੱਚ 21 ਸੈੱਲ ਹੁੰਦਾ ਹੈ? ਠੀਕ। ਪੇਸ਼ੀ ਸੈੱਲਾਂ ਵਿੱਚ ਸ਼ਾਖਾਵਾਂ ਹੁੰਦੀਆਂ? ਗਲਤ। ਕਿਸੇ ਜੀਵ ਦੀ ਮੁੱਢਲੀ ਸੰਰਚਨਾ ਅੰਗ ਹੈ? ਗਲਤ। ਅਮੀਬਾ ਦੀ ਆਕ੍ਰਿਤੀ ਅਨਿਯਮਤ ਹੁੰਦੀ ਹੈ? ਠੀਕ। ਸੈੱਲ ਦੇ ਕਿਹੜੇ ਭਾਗ ਵਿੱਚ ਸੈੱਲ ਅੰਗ ਨਿਕੜੇ ਅੰਗ ਪਾਏ ਜਾਂਦੇ ਹਨ? ਸੈੱਲ ਦ੍ਰਵ ਜਾਂ ਸੈੱਲ ਪਦਾਰਥ ਵਿੱਚ। ਨੈਕਸਟ ਹੈ ਜੀ, ਪੌਦਾ ਸੈੱਲ ਅਤੇ ਜੰਤੂ ਸੈੱਲ 'ਚ ਕੀ ਅੰਤਰ ਹੈ? ਪੌਦਾ ਸੈੱਲ ਇਸਦਾ ਆਕਾਰ ਆਇਤਕਾਰ ਹੁੰਦਾ ਹੈ, ਜੰਤੂ ਸੈੱਲ ਦਾ ਆਕਾਰ ਅੰਡਾਕਾਰ ਹੁੰਦਾ ਹੈ। ਪੌਦੇ ਸੈੱਲ ਦੀ ਰਾਜਧਾਨੀ ਵੱਡੀ ਹੁੰਦੀ ਹੈ, ਜੰਤੂ ਸੈੱਲ ਵਿੱਚ ਰਾਜਧਾਨੀਆਂ ਛੋਟੀਆਂ ਹੁੰਦੀਆਂ ਹਨ। ਪੌਦਾ ਸੈੱਲ ਵਿੱਚ ਸੈੱਲ ਕੰਧ ਹੁੰਦੀ ਹੈ, ਜੰਤੂ ਸੈੱਲ ਵਿੱਚ ਸੈੱਲ ਕੰਧ ਨਹੀਂ ਹੁੰਦੀ। ਪੌਦਾ ਸੈੱਲ ਵਿੱਚ ਕਲੋਰੋਪਲਾਸਟ ਹੁੰਦੇ ਹਨ, ਜੰਤੂ ਸੈੱਲ ਵਿੱਚ ਕਲੋਰੋਪਲਾਸਟ ਨਹੀਂ ਹੁੰਦੇ। ਪੌਦਾ ਸੈੱਲ ਵਿੱਚ ਸੈਂਟ੍ਰੋਸੋਮ ਨਹੀਂ ਹੁੰਦੇ ਤੇ ਜੰਤੂ ਸੈੱਲ ਵਿੱਚ ਸੈਂਟ੍ਰੋਸੋਮ ਹੁੰਦੇ ਹਨ। ਯੂਕੇਰੀਓਟਸ ਅਤੇ ਪ੍ਰੋਕੇਰੀਓਟਸ ਵਿੱਚ ਕੀ ਅੰਤਰ ਹੈ? ਪ੍ਰੋਕੇਰੀਓਟਸ ਇਹ ਆਮ ਤੌਰ ਤੇ ਇੱਕ ਸੈੱਲੀ ਹੁੰਦੇ ਹਨ, ਇਸ ਵਿੱਚ ਨਿਊਕਲੀਅਸ ਨਹੀਂ ਹੁੰਦਾ, ਇਸਦਾ ਕੇਂਦਰਕ ਝਿੱਲੀ ਨਾਲ ਘਿਰਿਆ ਨਹੀਂ ਹੁੰਦਾ। ਯੂਕੇਰੀਓਟਸ ਇਹ ਆਮ ਤੌਰ ਤੇ ਬਹੁ ਸੈੱਲੀ ਹੁੰਦੇ ਹਨ, ਇਸ ਵਿੱਚ ਨਿਊਕਲੀਅਸ ਹੁੰਦਾ ਹੈ, ਇਸਦਾ ਕੇਂਦਰਕ ਝਿੱਲੀ ਨਾਲ ਘਿਰਿਆ ਹੁੰਦਾ ਹੈ। ਸਜੀਵਾਂ ਵਿੱਚ ਸੈੱਲ ਇੱਕ ਮੁੱਢਲੀ ਰਚਨਾਤਮਕ ਇਕਾਈ ਹੈ। ਸਜੀਵਾਂ ਦੀਆਂ ਸਾਰੀਆਂ ਮੁੱਖ ਕਿਰਿਆਵਾਂ ਜਿਵੇਂ ਸਾਹ ਲੈਣਾ, ਮਲ ਤਿਆਗ, ਪਰਵਹਿਨ ਅਤੇ ਹੋਰ ਢਾਹ ਸਾਰੂ ਕਿਰਿਆਵਾਂ ਵੱਖ ਵੱਖ ਸੈੱਲਾਂ ਦੁਆਰਾ ਹੀ ਹੁੰਦੀਆਂ ਹਨ, ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਸਜੀਵਾਂ ਵਿੱਚ ਸੈੱਲ ਇੱਕ ਮੁੱਢਲੀ ਇਕਾਈ ਹੈ। ਕਲੋਰੋਪਲਾਸਟ ਜਾਂ ਕਲੋਰੋਫਿਲ ਕੇਵਲ ਪੌਦਾ ਸੈੱਲਾਂ ਵਿੱਚ ਹੀ ਕਿਉਂ ਪਾਏ ਜਾਂਦੇ ਹਨ? ਕਿਉਂਕਿ ਕਲੋਰੋਪਲਾਸ ਵਿੱਚ ਕਲੋਰੋਫਿਲ ਹੁੰਦੀ ਹੈ ਜੋ ਪੌਦਿਆਂ ਨੂੰ ਪ੍ਰਕਾਸ਼ ਸੰਸ਼ਲੇਸ਼ਣ ਕਿਰਿਆ ਲਈ ਜ਼ਰੂਰੀ ਹੁੰਦੀ ਹੈ। ਸੰਜੀਵ ਨੇ ਸੂਖਮਦਰਸ਼ੀ ਰਾਹੀਂ ਪਿਆਜ਼ ਦੀ ਝਿੱਲੀ ਨੂੰ ਦੇਖਿਆ। ਹੇਠ ਦਿੱਤੇ ਚਿੱਤਰ ਅਨੁਸਾਰ ਇੱਟਾਂ ਦੀ ਦੀਵਾਰ ਵਰਗੀ ਰਚਨਾ ਵਿਖਾਈ ਦਿੱਤੀ, ਇਹਨਾਂ ਨੂੰ ਅਸੀਂ ਕੀ ਕਹਿੰਦੇ ਹਾਂ? ਪੌਦਾ ਸੈੱਲ। ਰਾਮ ਨੇ ਗਲ ਦੀ ਅੰਦਰਲੀ ਪਰਤ ਵਿੱਚ ਹੇਠਾਂ ਦਿੱਤੀ ਰਚਨਾ ਅਨੁਸਾਰ ਗਲ ਦੇ ਸੈੱਲ ਵਿਖੇ ਇਸ ਦੇ ਮੱਧ ਵਿੱਚ ਗੋਲਾਕਾਰ ਭਾਗ ਨੂੰ ਕਿਵੇਂ ਅੰਕਿਤ ਕਰੇਗਾ? ਕੇਂਦਰਕ। ਸੈੱਲ ਦੇ ਕੇਂਦਰਕ ਵਿੱਚ ਧਾਗੇ ਵਰਗੀਆਂ ਸੰਰਚਨਾਵਾਂ ਕੀ ਖਵਾਉਂਦੀਆਂ? ਗੁਣ ਸੂਤਰ। ਇਸ ਦਿਖਦੇ ਚਿੱਤਰ ਨੂੰ ਤੁਸੀਂ ਕੀ ਕਹੋਗੇ? ਨਾੜੀ ਸੈੱਲ। ਕਿਹੜਾ ਜੰਤੂ ਸੈੱਲ ਵਿੱਚ ਮੌਜੂਦ ਨਹੀਂ ਹੁੰਦਾ? ਕਲੋਰੋਪਲਾਸਟ। ਨਾੜੀ ਸੈੱਲ ਦੇ ਕੰਮ ਸੰਦੇਸ਼ ਨੂੰ ਪ੍ਰਾਪਤ ਕਰਕੇ ਸਥਾਨਾਂਤਰਿਤ ਕਰਨਾ। ਕੇਂਦਰਕ ਅਤੇ ਸੈੱਲ ਝਿੱਲੀ ਦੇ ਵਿਚਕਾਰ ਜੈਲੀ ਵਰਗੇ ਪਦਾਰਥ ਨੂੰ ਕੀ ਕਹਿੰਦੇ ਨੇ? ਸਾਈਟੋਪਲਾਜ਼ਮ। ਸੈੱਲ ਦੀ ਖੋਜ ਕਿਸ ਵਿਗਿਆਨੀ ਨੇ ਕੀਤੀ? ਰਾਬਰਟ ਹੁੱਕ। ਬਹੁ ਸੈੱਲੀ ਜੀਵਾਂ ਦੀ ਦੋ ਉਦਾਹਰਣਾਂ ਮਨੁੱਖ ਅਤੇ ਲੂੰਬੜੀ। ਸੈੱਲ ਦੇ ਤਿੰਨ ਮੁੱਖ ਭਾਗ ਉਪਰੋਕਤ ਸਾਰੇ। ਸੈੱਲ ਦੇ ਕਿਹੜੇ ਭਾਗ ਵਿੱਚ ਨਿਕੜੇ ਅੰਗ ਪਾਏ ਜਾਂਦੇ ਹਨ? ਸਾਈਟੋਪਲਾਜ਼ਮ। ਸੈੱਲ ਵਿੱਚ ਗੁਣ ਸੂਤਰ ਕਿੱਥੇ ਪਾਏ ਜਾਂਦੇ ਹਨ? ਕੇਂਦਰਕ। ਸਜੀਵਾਂ ਲਈ ਪ੍ਰਜਨਨ ਕਿਉਂ ਮਹੱਤਵਪੂਰਨ ਹੈ? ਪ੍ਰਜਨਨ ਕਿਰਿਆ ਪ੍ਰਜਾਤੀਆਂ ਦੀ ਲਗਾਤਾਰ ਹੋਂਦ ਬਣਾਈ ਰੱਖਣ ਲਈ ਜ਼ਰੂਰੀ ਹੈ। ਨਿਸ਼ੇਚਨ ਕਿਰਿਆ ਸਮਝਾਓ। ਮਨੁੱਖ ਵਿੱਚ ਨਿਸ਼ੇਚਨ ਕਿਰਿਆ ਮਾਦਾ ਦੇ ਸਰੀਰ ਦੇ ਅੰਦਰ ਹੁੰਦੀ ਹੈ। ਅੰਦਰੂਨੀ ਨਿਸ਼ੇਚਨ ਜਦੋਂ ਸ਼ੁਕਰਾਣੂ ਨਰ ਯੁਗਮਕ ਅੰਡਾਣੂ ਮਾਦਾ ਯੁਗਮਕ ਦੇ ਸੰਪਰਕ ਵਿੱਚ ਆਉਂਦੇ ਹਨ ਤਾਂ ਇਹਨਾਂ ਵਿੱਚੋਂ ਇੱਕ ਸ਼ੁਕਰਾਣੂ ਅੰਡਾਣੂ ਨੂੰ ਨਿਸ਼ੇਚਿਤ ਕਰਦਾ ਹੈ। ਨਿਸ਼ੇਚਨ ਦੇ ਸਿੱਟੇ ਵਜੋਂ ਯੁਗਮਜ ਦਾ ਨਿਰਮਾਣ ਹੁੰਦਾ ਹੈ ਜੋ ਕਿ ਭਰੂਣ ਵਿੱਚ ਵਿਕਸਿਤ ਹੋ ਕੇ ਨਵੇਂ ਬੱਚੇ ਵਜੋਂ ਜਨਮ ਲੈਂਦਾ ਹੈ। ਇੱਕ ਯੁਗਮਗ ਵਿੱਚ ਪਾਏ ਜਾਣ ਵਾਲੇ ਕੇਂਦਰਕਾਂ ਦੀ ਸੰਖਿਆ। ਇੱਕ, ਡੱਡੂ ਦਾ ਲਾਰਵਾ ਜਿਸ ਪ੍ਰਕਿਰਿਆ ਦੁਆਰਾ ਪਰੋੜ ਵਿੱਚ ਵਿਕਸਿਤ ਹੁੰਦਾ ਹੈ? ਕਾਇਆ ਪਰਿਵਰਤਨ। ਟਰੂ ਫਾਲਸ, ਅੰਡੇ ਦੇਣ ਵਾਲੇ ਜੰਤੂ ਵਿਕਸਿਤ ਬੱਚੇ ਨੂੰ ਜਨਮ ਦਿੰਦੇ ਹਨ? ਗਲਤ। ਹਰੇਕ ਸ਼ੁਕਰਾਣੂ ਵਿੱਚ ਇਕੱਲਾ ਸੈੱਲ ਹੁੰਦਾ ਹੈ? ਠੀਕ। ਡੱਡੂ ਵਿੱਚ ਬਾਹਰੀ ਨਿਸ਼ੇਚਨ ਹੁੰਦਾ ਹੈ? ਠੀਕ। ਇੱਕ ਸੈੱਲ ਜੋ ਮਨੁੱਖ ਵਿੱਚ ਨਵੇਂ ਜੀਵਨ ਦਾ ਆਰੰਭ ਕਰਦਾ ਹੈ ਯੁਗਮਜ ਕਹਾਉਂਦਾ ਹੈ? ਗਲਤ। ਨਿਸ਼ੇਚਨ ਤੋਂ ਬਾਅਦ ਦਿੱਤਾ ਗਿਆ ਅੰਡਾ ਇੱਕ ਇਕੱਲਾ ਸੈੱਲ ਹੈ? ਠੀਕ। ਅੰਬੀਬਾ ਬਡਿੰਗ ਦੁਆਰਾ ਪ੍ਰਜਨਨ ਕਰਦਾ ਹੈ? ਗਲਤ। ਅਲਿੰਗੀ ਪ੍ਰਜਨਨ ਵਿੱਚ ਨਿਸ਼ੇਚਨ ਜ਼ਰੂਰੀ ਹੈ? ਗਲਤ।
ਯੁਗਮਜ ਅਤੇ ਭਰੂਣ ਚ ਦੋ ਅੰਤਰ। ਯੁਗਮਜ ਇਹ ਇੱਕ ਸ਼ੈਲੀ ਰਚਨਾ ਤੇ ਭਰੂਣ ਕੀ ਹੈ, ਇਹ ਬਹੁ ਸ਼ੈਲੀ ਰਚਨਾ। ਯੁਗਮਜ ਵਿੱਚ ਨਰ ਅਤੇ ਮਾਦਾ ਯੁਗਮਕਾਂ ਦੇ ਸੁਮੇਲ ਤੋਂ ਯੁਗਮਜ ਬਣਦਾ ਹੈ। ਭਰੂਣ ਯੁਗਮਜ ਦੇ ਵਿਭਾਜਨ ਤੋਂ ਬਾਅਦ ਭਰੂਣ ਬਣਦਾ ਹੈ। ਮਾਦਾ ਦੇ ਕਿਸੇ ਜਨਨ ਅੰਗ ਵਿੱਚ ਭਰੂਣ ਠਹਿਰਦਾ ਹੈ? ਗਰਭਕੋਸ਼ ਜਾਂ ਬੱਚੇਦਾਨੀ ਦੀਆਂ ਕੰਧਾਂ ਵਿੱਚ। ਅੰਦਰੂਨੀ ਨਿਸ਼ੇਚਨ ਅਤੇ ਬਾਹਰੀ ਨਿਸ਼ੇਚਨ। ਅੰਦਰੂਨੀ ਨਿਸ਼ੇਚਨ, ਨਿਸ਼ੇਚਨ ਦੀ ਇਹ ਕਿਰਿਆ ਮਾਦਾ ਦੇ ਸਰੀਰ ਦੇ ਅੰਦਰ ਹੁੰਦੀ ਹੈ। ਇਸ ਵਿੱਚ ਅੰਡੇ ਘੱਟ ਗਿਣਤੀ ਵਿੱਚ ਪੈਦਾ ਹੁੰਦੇ ਹਨ। ਉਦਾਹਰਣ ਵਜੋਂ ਮਨੁੱਖ, ਗਾਂ ਆਦਿ ਵਿੱਚ ਅੰਦਰੂਨੀ ਨਿਸ਼ੇਚਨ ਹੁੰਦਾ ਹੈ। ਬਾਹਰੀ ਨਿਸ਼ੇਚਨ, ਨਿਸ਼ੇਚਨ ਦੀ ਇਹ ਕਿਰਿਆ ਮਾਦਾ ਦੇ ਸਰੀਰ ਦੇ ਬਾਹਰ ਹੁੰਦੀ ਹੈ। ਇਸ ਵਿੱਚ ਅੰਡੇ ਵੱਧ ਗਿਣਤੀ ਵਿੱਚ ਪੈਦਾ ਹੁੰਦੇ ਹਨ। ਉਦਾਹਰਣ ਵਜੋਂ ਮੱਛੀ, ਡੱਡੂ ਆਦਿ ਵਿੱਚ ਬਾਹਰੀ ਨਿਸ਼ੇਚਨ ਹੁੰਦਾ ਹੈ। ਸਿੱਧੇ ਹੀ ਬੱਚਿਆਂ ਨੂੰ ਜਨਮ ਦੇਣ ਵਾਲੇ ਜੰਤੂਆਂ ਨੂੰ ਕੀ ਕਹਿੰਦੇ ਨੇ? ਬੱਚੇ ਦੇਣ ਵਾਲੇ ਜੰਤੂ। ਲਾਰਵਾ ਡੈਸ ਦੀ ਵਿਕਾਸਸ਼ੀਲ ਅਵਸਥਾ ਹੈ ਡੱਡੂ ਦੀ। ਨਰ ਅਤੇ ਮਾਦਾ ਯੁਗਮਕ ਦਾ ਸੰਯੋਜਨ ਕਿੱਥੇ ਹੁੰਦਾ ਹੈ? ਅੰਡ ਨਿਕਾਸ ਵਹਿਣੀ ਵਿੱਚ। ਜੰਤੂਆਂ ਵਿੱਚ ਪ੍ਰਜਨਨ ਦੀਆਂ ਕਿੰਨੀਆਂ ਵਿਧੀਆਂ? 2। ਸ਼ੁਕਰਾਣੂ ਤੋਂ ਕਿੰਨੇ ਭਾਗ ਹੁੰਦੇ ਨੇ? 3। ਫੀਟਸ ਕੀ ਹੁੰਦਾ? ਵਿਕਸਿਤ ਭਰੂਣ। ਕਲੋਨਿੰਗ ਕਿਹੜੀ ਵਿਧੀ ਹੈ? ਅਲਿੰਗੀ ਪ੍ਰਜਨਨ। ਬਰਡਿੰਗ ਰਾਹੀਂ ਪ੍ਰਜਨਨ ਡੈਸ਼ ਵਿੱਚ ਹੁੰਦਾ ਹੈ ਹਾਈਡਰਾ। ਸਭ ਤੋਂ ਪਹਿਲਾਂ ਸਫਲਤਾ ਪੂਰਵਕ ਕਲੋਨ ਕੀਤੇ ਜਾਂਦੇ ਜੰਤੂ ਦਾ ਨਾਂ ਦੱਸੋ। ਡੋਲੀ ਸ਼ੀਪ। IVF ਦਾ ਪੂਰਾ ਨਾਂ ਇਨ ਵਿਟਰੋ ਨਿਸ਼ੇਚਨ। ਅੰਬੀਬਾ ਵਿੱਚ ਦੋਹਰੇ ਖੰਡਰ ਰਾਹੀਂ ਕਿੰਨੇ ਸੰਤਾਨ ਸੈੱਲ ਪੈਦਾ ਹੁੰਦੇ ਹਨ? 2। ਕਿਸ ਵਿੱਚ ਬਰਡਿੰਗ ਹੁੰਦੀ ਹੈ? ਯੀਸਟ। ਅੰਡਕੋਸ਼ ਤੋਂ ਅੰਡਾਣੂ ਦੇ ਮੁਕਤ ਹੋਣ ਦੀ ਵਿਧੀ ਨੂੰ ਕੀ ਕਹਿੰਦੇ ਨੇ? ਅੰਡ ਉਤਸਰਜਨ। ਨੈਕਸਟ, ਕੁਝ ਰੇਸ਼ੇ ਸੰਸ਼ਲਿਤ ਕਿਉਂ ਖਵਾਉਂਦੇ ਹਨ? ਕਿਉਂਕਿ ਬਣਾਉਟੀ ਰੇਸ਼ੇ ਮਨੁੱਖਾਂ ਦੁਆਰਾ ਪੈਟਰੋ ਰਸਾਇਣਾਂ ਤੋਂ ਬਣਾਏ ਜਾਂਦੇ ਹਨ, ਇਸ ਲਈ ਇਹ ਸੰਸ਼ਲਿਤ ਰੇਸ਼ੇ ਅਖਵਾਉਂਦੇ ਹਨ। ਖਾਲੀ ਥਾਵਾਂ। ਸੰਸ਼ਲਿਤ ਰੇਸ਼ੇ ਡੈਸ਼ ਅਤੇ ਡੈਸ਼ ਰੇਸ਼ੇ ਖਵਾਉਂਦੇ ਹਨ। ਬਣਾਉਟੀ ਅਤੇ ਮਨੁੱਖ ਨਿਰਮਿਤ। ਸੰਸ਼ਲਿਤ ਰੇਸ਼ੇ ਕੱਚੇ ਮਾਲ ਤੋਂ ਸੰਸ਼ਲਿਤ ਰੇਸ਼ੇ ਕੀਤੇ ਜਾਂਦੇ ਹਨ ਜੋ ਪੈਟਰੋ ਰਸਾਇਣ ਖਵਾਉਂਦੇ ਹਨ। ਸੰਸ਼ਲਿਤ ਰੇਸ਼ੇ ਵਾਂਗ ਪਲਾਸਟਿਕ ਵੀ ਇੱਕ ਬਹੁਲਕ ਹੈ। ਨਾਇਲਨ ਰੇਸ਼ਮ ਤੋਂ ਨਿਰਮਿਤ ਦੋ ਵਸਤਾਂ ਨਾਂ ਦੱਸੋ। ਪੈਰਾਸ਼ੂਟ ਤੇ ਪਹਾੜਾਂ ਦੇ ਚੜ੍ਹਨ ਲਈ ਮਜ਼ਬੂਤ ਰੱਸੇ। ਭੋਜਨ ਪਦਾਰਥਾਂ ਨੂੰ ਸਾਂਭਣ ਲਈ ਪਲਾਸਟਿਕ ਬਰਤਨਾਂ ਦੀ ਵਰਤੋਂ ਦੇ 3 ਮੁੱਖ ਲਾਭ। ਪਲਾਸਟਿਕ ਹਲਕਾ ਹੈ, ਮਜ਼ਬੂਤ ਹੁੰਦਾ ਹੈ ਤੇ ਭੋਜਨ ਨਾਲ ਕਿਰਿਆ ਨਹੀਂ ਕਰਦਾ। ਥਰਮੋਪਲਾਸਟਿਕ ਤੇ ਥਰਮੋਪਲਾਸਟਿਕ ਸੈਟਿੰਗ। ਥਰਮੋਪਲਾਸਟਿਕ ਐਂਡ ਥਰਮੋਸੈਟਿੰਗ ਪਲਾਸਟਿਕ ਕੀ ਅੰਤਰ ਹੈ? ਥਰਮੋਪਲਾਸਟਿਕ ਕੀ ਹੁੰਦਾ ਹੈ? ਇਹ ਆਸਾਨੀ ਨਾਲ ਮੁੜ ਸਕਦੇ ਹਨ। ਇਹ ਗਰਮ ਕਰਨ ਤੇ ਨਰਮ ਹੋ ਜਾਂਦੇ ਹਨ। ਗਰਮ ਕਰਕੇ ਇਹਨਾਂ ਦਾ ਆਕਾਰ ਬਦਲਿਆ ਜਾ ਸਕਦਾ ਹੈ। ਥਰਮੋਸੈਟਿੰਗ ਪਲਾਸਟਿਕ ਇਹ ਆਸਾਨੀ ਨਾਲ ਮੁੜ ਨਹੀਂ ਸਕਦੇ। ਇਹ ਗਰਮ ਕਰਨ ਤੇ ਨਰਮ ਨਹੀਂ ਹੁੰਦੇ। ਗਰਮ ਕਰਕੇ ਇਹਨਾਂ ਦਾ ਆਕਾਰ ਨਹੀਂ ਬਦਲਦਾ ਜਾਂਦਾ। ਨੈਕਸਟ, ਉਦਾਹਰਣ ਦੁਆਰਾ ਪ੍ਰਦਰਸ਼ਿਤ ਕਰੋ ਕਿ ਪਲਾਸਟਿਕ ਦਾ ਸੁਭਾਅ ਅਣਖੋਰ ਹੈ। ਪਲਾਸਟਿਕ ਤੇਜ਼ਾਬ, ਖਾਰ ਅਤੇ ਹੋਰ ਰਸਾਇਣਾਂ ਨਾਲ ਕਿਰਿਆ ਨਹੀਂ ਕਰਦਾ, ਇਸ ਲਈ ਇਹਨਾਂ ਰਸਾਇਣਾਂ ਨੂੰ ਸਟੋਰ ਕਰਨ ਲਈ ਪਲਾਸਟਿਕ ਦੇ ਬਰਤਨ ਵਰਤੇ ਜਾਂਦੇ ਹਨ। ਪਲਾਸਟਿਕ ਹਵਾ, ਪਾਣੀ ਆਦਿ ਨਾਲ ਕਿਰਿਆ ਨਹੀਂ ਕਰਦਾ, ਇਸ ਲਈ ਕੁਰਸੀਆਂ, ਬਾਲਟੀਆਂ ਆਦਿ ਪਲਾਸਟਿਕ ਦੇ ਬਣਾਏ ਜਾਂਦੇ ਹਨ। ਨੈਕਸਟ, ਜਿੱਥੋਂ ਤੱਕ ਸੰਭਵ ਹੋ ਸਕੇ ਪਲਾਸਟਿਕ ਦੀ ਵਰਤੋਂ ਤੋਂ ਬਚੋ। ਇਸ ਕਥਨ ਤੇ ਸਲਾਹ ਦਿਓ, ਕਿਉਂਕਿ ਪਲਾਸਟਿਕ ਅਜੈਵ ਅਵਿਘਟਨਸ਼ੀਲ ਹੈ, ਇਸ ਲਈ ਇਸਦਾ ਨਿਪਟਾਰਾ ਕਰਨਾ ਇੱਕ ਵੱਡੀ ਸਮੱਸਿਆ ਹੈ। ਇਸ ਨਾਲ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਹੈ ਤੇ ਪਲਾਸਟਿਕ ਨੂੰ ਜਲਾਉਣ ਨਾਲ ਹਾਨੀਕਾਰ ਗੈਸਾਂ ਪੈਦਾ ਹੁੰਦੀਆਂ ਹਨ। ਨੈਕਸਟ ਹੈ ਜੀ ਮੈਚਿੰਗ। ਪਾਲੀਐਸਟਰ, ਕੱਪੜੇ ਆਸਾਨੀ ਨਾਲ ਵਾਟਣੀ ਪੈਂਦੇ। ਟੈਫਲੋਨ, ਨਾ ਚਿਪਕਣ ਵਾਲੇ ਭੋਜਨ ਬਣਾਉਣ ਵਾਲੇ ਬਰਤਨਾਂ ਦੇ ਨਿਰਮਾਣ ਵਿੱਚ ਵਰਤਿਆ ਜਾਂਦਾ ਹੈ। ਰੇਓਨ, ਲੱਕੜੀ ਦੀ ਪਲਪ ਦੀ ਵਰਤੋਂ ਕਰਕੇ ਤਿਆਰ ਕੀਤਾ ਜਾਂਦਾ ਹੈ। ਨਾਈਲੋਨ, ਪੈਰਾਸ਼ੂਟ ਤੇ ਜਰਾਬਾਂ ਬਣਾਉਣ ਲਈ ਵਰਤਿਆ ਜਾਂਦਾ ਹੈ। CNG ਤੇ LPG ਦੇ ਬਾਲਣ ਦੇ ਰੂਪ ਵਿੱਚ ਵਰਤੋਂ ਕਰਨ ਦੇ ਕੀ ਲਾਭ ਹਨ? ਇਹਨਾਂ ਦਾ ਚਲਣ ਆਸਾਨੀ ਨਾਲ ਹੋ ਸਕਦਾ ਹੈ, ਇੱਕ ਥਾਂ ਤੋਂ ਦੂਜੀ ਥਾਂ ਪਾਈਪਾਂ ਰਾਹੀਂ ਲਿਜਾਣਾ ਸੌਖਾ ਹੈ। ਸਾਫ਼ ਸੁਥਰੇ ਬਾਲਣ ਹਨ, ਇਹਨਾਂ ਦੇ ਜਲਣ ਤੇ ਧੂੰਆਂ ਪੈਦਾ ਨਹੀਂ ਹੁੰਦਾ, ਜਲਣ ਤੇ ਬਹੁਤ ਸਾਰੀ ਤਾਪ ਊਰਜਾ ਪੈਦਾ ਕਰਦੇ ਹਨ। ਖਾਲੀ ਥਾਵਾਂ, ਕੋਲਾ, ਪੈਟਰੋਲੀਅਮ ਅਤੇ ਕੁਦਰਤੀ ਗੈਸ ਫੋਸਿਲ ਬਾਲਣ ਹਨ। ਪੈਟਰੋਲੀਅਮ ਦੇ ਵੱਖ ਵੱਖ ਘਟਕਾਂ ਨੂੰ ਵੱਖ ਕਰਨ ਦਾ ਪ੍ਰਕਰਮ ਕੀ ਖਵਾਉਂਦਾ ਹੈ? ਪੈਟਰੋਲੀਅਮ ਦੇ ਸੁਧਾਈ ਵਾਹਨਾਂ ਦੇ ਲਈ ਸਭ ਤੋਂ ਘੱਟ ਪ੍ਰਦੂਸ਼ਣ ਬਾਲਣ ਨਪੀੜਤ ਕੁਦਰਤੀ ਗੈਸ, ਜਿਹਨੂੰ CNG ਵੀ ਕਹਿ ਦਿੰਦੇ ਹਾਂ। ਨੈਕਸਟ, ਟਰੂ ਫਾਲਸ, ਪਥਰਾੜ ਬਾਲਣ ਪ੍ਰਯੋਗਸ਼ਾਲਾ ਵਿੱਚ ਬਣਾਏ ਜਾ ਸਕਦੇ ਹਨ, ਗਲਤ। ਪੈਟਰੋਲ ਦੇ ਨਾਲੋਂ CNG ਵਧੇਰੇ ਪ੍ਰਦੂਸ਼ਕ ਬਾਲਣ ਹੈ, ਗਲਤ। ਕੋਕ ਕਾਰਬਨ ਦਾ ਲਗਭਗ ਸ਼ੁੱਧ ਰੂਪ ਹੈ, ਠੀਕ। ਕੋਲ ਤਾਰ ਵੱਖ ਵੱਖ ਪਦਾਰਥਾਂ ਦਾ ਮਿਸ਼ਰਣ ਹੈ, ਠੀਕ। ਮਿੱਟੀ ਦਾ ਤੇਲ ਇੱਕ ਪਥਰਾਟ ਬਾਲਣ ਨਹੀਂ ਹੈ, ਗਲਤ। ਇਹ ਪਥਰਾਟ ਬਾਲਣ ਹੈ, ਮਿੱਟੀ ਦਾ ਤੇਲ। ਮਾਸਿਕ ਚੱਕਰ ਕੀ ਹੈ? ਮਾਦਾ ਵਿੱਚ ਜੇਕਰ ਅੰਡੇ ਦਾ ਨਿਸ਼ੇਚਨ ਨਹੀਂ ਹੁੰਦਾ ਤਾਂ ਬੱਚੇਦਾਨੀ ਦੀਆਂ ਅੰਦਰਲੀਆਂ ਕੰਧਾਂ ਤੇ ਵਿਕਸਿਤ ਹੋਈਆਂ ਮਾਸਪੇਸ਼ੀਆਂ ਹੌਲੀ ਹੌਲੀ ਟੁੱਟ ਕੇ ਅਣ ਨਿਸ਼ੇਚਿਤ ਅੰਡੇ ਸਮੇਤ ਯੋਨੀ ਮਾਰਗ ਰਾਹੀਂ ਲਹੂ ਅਤੇ ਮਿਊਕਸ ਦੇ ਰੂਪ ਵਿੱਚ ਬਾਹਰ ਆ ਜਾਂਦੀਆਂ ਹਨ। ਇਸ ਨੂੰ ਮਹਾਂਵਾਰੀ ਕਹਿੰਦੇ ਹਨ। ਇਸ ਚੱਕਰ ਵਿੱਚ ਲਗਭਗ 1 ਮਹੀਨਾ ਜਾਂ 28 ਦਿਨ ਦਾ ਸਮਾਂ ਲੱਗਦਾ ਹੈ। ਧੁਨੀ ਸੰਚਾਰਿਤ ਹੋ ਸਕਦੀ ਹੈ ਠੋਸਾਂ, ਦਰਵਾਂ ਅਤੇ ਗੈਸਾਂ ਵਿੱਚ। ਹੇਠ ਲਿਖਿਆਂ ਵਿੱਚੋਂ ਕਿਸ ਵਾਕ ਧੁਨੀ ਦੀ ਆਵਿਰਤੀ ਘੱਟੋ ਘੱਟ ਹੋਣ ਦੀ ਸੰਭਾਵਨਾ ਹੈ? ਆਦਮੀ ਦੀ। ਟਰੂ ਫਾਲਸ, ਧੁਨੀ ਖਲਾਅ ਵਿੱਚ ਸੰਚਾਰਿਤ ਨਹੀਂ ਹੋ ਸਕਦੀ, ਟਰੂ। ਕਿਸੇ ਕੰਪਤ ਵਸਤੂ ਦੀ ਪ੍ਰਤੀ ਸੈਕਿੰਡ ਹੋਣ ਵਾਲੀਆਂ ਡੋਲਣਾਂ ਦੀ ਸੰਖਿਆ ਨੂੰ ਇਸਦਾ ਵਰਤਨ ਕਾਲ ਕਹਿੰਦੇ ਹਨ, ਗਲਤ ਹੈ ਜੀ। ਜੇ ਕੰਪਨ ਦਾ ਆਯਾਮ ਵੱਧ ਹੈ ਤਾਂ ਧੁਨੀ ਹੌਲੀ ਹੌਲੀ ਹੁੰਦੀ ਹੈ, ਗਲਤ ਹੈ ਜੀ। ਮਨੁੱਖੀ ਕੰਨ ਦੇ ਲਈ ਸੁਣਨ ਯੋਗ ਸੀਮਾ 20,000 ਤੋਂ 20,000 ਹਜ਼ਾਰਡ ਹੈ, ਠੀਕ ਹੈ ਜੀ।
कंपन की आवर्ती जिन्नी घट होगी पिच उन्नी ही ज्यादा होगी। गलत है जी, अणचाही जां भैड़ी लगन वाली धुनी नूं संगीत कहिंदे हन। गलत है जी, शोर प्रदूषण अधूरा बोलापन पैदा कर सकता है। बिल्कुल सही है जी, किसी वस्तु द्वारा एक डोलन नूं पूरा करन दे लई लए गए समय नूं की कहिंदे ने आवर्त काल। धुनी का उच्चापन कंपन के डैश नाल निर्धारित किया जाता है आयाम। आवर्ती का मात्रक डैश है हर्ट्ज। अणचाही धुनी नूं की कहिंदे ने शोर। धुनी का तिखापन कंपना की आवर्ती तो निर्धारित किया जाता है। एक पेंडुलम 4 सेकंड 40 बार डोलन करता है, इसका आवर्त काल और आवर्ती पता करो। 4 सेकंड डोलना की गिनती 40, 1 सेकंड डोलना की गिनती 40/4, इनू कटिंग कर दो आ गया 10। इसलिए आवर्ती एफ इजिकल टू 10,000, आवर्त काल 1/10 एक छड़ के पॉइंट लगा दो 0.1 सेकंड। अपने वातावरण विचों शोर प्रदूषण के स्रोतों की सूची बनाओ। बसा ते कारां आदे हॉर्न, पटाके, लाउडस्पीकर, टेलीविजन, डीजे आदि उच्ची आवाज, रसोई उपकरण की आवाज, फैक्ट्रिया के सायरन। शोर प्रदूषण मनुख दे लई किवें हानिकारक हुंदा है? शोर नाल उनिंद्रा, तनाव, उच्चा ब्लड प्रैशर, चिंता ते होर कई सेहत संबंधी समस्यावां पैदा हुंदियां हन। बिजली चालन करन वाले वधेरे द्रव तेजापां, खारां अते लूणां दे घोल हुंदे हन। किसे घोल विचों बिजली तारा लंघण ते रसायनिक प्रभाव पैंदा है। जे कापर सल्फेट दे घोल विचों बिजली तारा लंघाई जावे तां कापर बैटरी दे ऋण टर्मीनल जुड़ी प्लेट उत्ते जमदा है। बिजली धारा द्वारा किसी पदार्थ उत्ते इच्छित धात की परत चढ़ाउण की प्रक्रिया नूं पिच लई मुलम्माकरण कहिंदे हन। की शुद्ध पानी बिजली का चालक है? जे नहीं तां इसनूं चालक बनाउण लई असीं की कर सकते हाँ? शुद्ध पानी बिजली का चालक नहीं है। पानी विच कुछ नमक घोल के इसनूं बिजली का चालक बनाया जा सकता है। किसनूं रगड़ द्वारा आसानी नाल चार्जित नहीं किया जा सकता? तांबे की छड़। जदों कच की छड़ नूं रेशम के कपड़े नाल रगड़ते हाँ तां छड़ धन चार्जित हो जाती है ते कपड़ा ऋण चार्जित हो जाता है। नैक्सट आई ट्रू फॉल्स। समझाती चार्ज एक दूजे चार्ज नूं आकर्षित करते हैं। गलत, चार्जित कच की छड़ चार्जित प्लास्टिक स्ट्रा नूं आकर्षित करती है। सही, आकाशी बिजली चालक इमारत की आकाशी बिजली तो सुरक्षा नहीं कर सकता। गलत, भूचाल की भविष्यवाणी की जा सकती है। गलत, सर्दियों में स्वैटर उतारते समय कड़कड़ की आवाज सुनाई देती है। स्वैटर उतारते समय स्वैटर साढ़े शरीर नाल रगड़ कारण चार्जित हो जाता है। इस चार्ज कारण ही आवाज आती है। आकाशी बिजली तो अपनी सुरक्षा के 3 उपाय लिखो। आकाशी बिजली गरज दौरान टीवी अते तार नाल टेलीफोन नहीं वरतना चाहिदा। घर अंदर जां किसी छत हेठां ही रहना चाहिदा। इस दौरान नहाना नहीं चाहिदा। भारत दे 3 राज्यां दी सूची बनाओ जिथे भूचाल दे झटके वधेरे संभावित हन। कश्मीर, राजस्थान ते गुजरात। केड़ा सूरजी परिवार दा मैंबर नहीं है? तारा मंडल। केड़ा सूरज दा ग्रह नहीं है? सीरियस। सूरज तो सब तो वध दूरी वाला ग्रह नैपचून। रंग विच लाल प्रतीत होण वाला ग्रह मंगल। तारियां दे अजिहे समूह नूं जे जो कोई पैटर्न बणाउंदा है तारा मंडल। ग्रह की परिक्रमा करने वाले खंगोली पिंड नूं उपग्रह। शूटिंग स्टार असल विच तारे नहीं हन, उपग्रह मंगल अते बृहस्पति दे ग्रह पथां विच मिलते हैं। ट्रू फॉल्स। ध्रुव तारा सूरजी परिवार का मैंबर है? गलत है जी, बुध सूरजी परिवार का सब तो छोटा ग्रह है। बिल्कुल सही है, यूरेनस सूरजी परिवार का सब तो दूर वाला ग्रह है। गलत है जी, इनसेट एक बनावटी उपग्रह है। बिल्कुल सही है जी, ਸਾਡੇ ਸੂਰਜੀ ਪਰਿਵਾਰ ਦੇ 9 ਗ੍ਰਹਿ ਹਨ। ਗਲਤ ਹੈ ਜੀ, ਉਰਾਯਨ ਤਾਰਾ ਮੰਡਲ ਸਿਰਫ ਦੂਰਬੀਨ ਨਾਲ ਵੇਖਿਆ ਜਾ ਸਕਦਾ ਹੈ। ਬਿਲਕੁਲ ਗਲਤ ਹੈ ਜੀ। ਨੈਕਸਟ ਮੈਚਿੰਗ ਜੀ, ਅੰਦਰੂਨੀ ਗ੍ਰਹਿ ਮੰਗਲ, ਬਾਹਰੀ ਗ੍ਰਹਿ ਸ਼ਨੀ, ਤਾਰਾ ਮੰਡਲ ਸਪਤਰਿਸ਼ੀ, ਧਰਤੀ ਦੇ ਉਪਗ੍ਰਹਿ ਚੰਨ। ਨੈਕਸਟ, ਸੂਰਜੀ ਪਰਿਵਾਰ ਦੇ ਸਭ ਤੋਂ ਵੱਡੇ ਗ੍ਰਹਿ ਦਾ ਨਾਮ ਬ੍ਰਹਿਸਪਤੀ ਜਾਂ ਇਸ ਨੂੰ ਜੁਪੀਟਰ ਵੀ ਕਹਿ ਦਿੰਦੇ ਨੇ। ਤਾਰਾ ਮੰਡਲ ਕੀ ਹੁੰਦਾ ਹੈ? 2 ਤਾਰਾ ਮੰਡਲਾਂ ਦੇ ਨਾਮ ਲਿਖੋ। ਤਾਰਾ ਮੰਡਲ ਤਾਰਿਆਂ ਦਾ ਸਮੂਹ ਹੈ ਜੋ ਪਛਾਣਨ ਯੋਗ ਸ਼ਕਲਾਂ ਬਣਾਉਂਦੇ ਹਨ। ਸਪਤਰਿਸ਼ੀ, ਉਰਾਯਨ ਅਤੇ ਲਿਓ ਮੇਜਰ ਆ ਤਾਰਾ ਮੰਡਲ ਹਨ। ਤਾਰਿਆਂ ਦੇ ਵਿਚਲੀਆਂ ਦੂਰੀਆਂ ਨੂੰ ਪ੍ਰਕਾਸ਼ ਸਾਲ ਵਿੱਚ ਕਿਉਂ ਦਰਸਾਉਂਦੇ ਹਨ? ਕਥਨ ਦਾ ਕੀ ਭਾਵ ਹੈ? ਤਾਰਿਆਂ ਦੀ ਧਰਤੀ ਤੋਂ ਦੂਰੀ ਇੰਨੀ ਜ਼ਿਆਦਾ ਹੈ ਕਿ ਕਿਲੋਮੀਟਰਾਂ ਵਿੱਚ ਇਸਦੀ ਕੀਮਤ ਬਹੁਤ ਜ਼ਿਆਦਾ ਬਣ ਜਾਂਦੀ ਹੈ। ਇਸ ਲਈ ਅਸੀਂ ਇਸ ਦੂਰੀ ਨੂੰ ਪ੍ਰਕਾਸ਼ ਸਾਲ ਵਿੱਚ ਮਾਪਦੇ ਹਾਂ। ਪ੍ਰਕਾਸ਼ ਦੁਆਰਾ 1 ਸਾਲ ਵਿੱਚ ਤੈਅ ਕੀਤੀ ਦੂਰੀ ਨੂੰ ਪ੍ਰਕਾਸ਼ ਸਾਲ ਕਹਿੰਦੇ ਹਨ। ਜੇਕਰ ਕਿਸੇ ਤਾਰੇ ਦੀ ਦੂਰੀ 8 ਪ੍ਰਕਾਸ਼ ਸਾਲ ਹੈ ਤਾਂ ਇਸਦਾ ਅਰਥ ਇਹ ਹੋਇਆ ਕਿ ਉਸ ਤਾਰੇ ਤੋਂ ਧਰਤੀ ਤੱਕ ਪ੍ਰਕਾਸ਼ ਪਹੁੰਚਣ ਵਿੱਚ 8 ਸਾਲ ਲੱਗਦੇ ਹਨ। ਕਿਹੜੀਆਂ ਵਿਧੀਆਂ ਦੁਆਰਾ ਪਾਣੀ ਪ੍ਰਦੂਸ਼ਿਤ ਹੁੰਦਾ ਹੈ? ਲੋਕ ਕੂੜਾ ਕਟਕਟ ਪਾਣੀ ਨਾਲ ਵਹਾ ਦਿੰਦੇ ਨੇ। ਕਈ ਉਦਯੋਗ ਹਾਨੀਕਾਰਕ ਸਹਿ ਉਪਜਾਂ ਪਾਣੀ ਦੇ ਸਰੋਤਾਂ ਵਿੱਚ ਬਿਨਾਂ ਉਪਚਾਰਿਤ ਕੀਤੇ ਵਹਾ ਦਿੰਦੇ ਨੇ। ਖੇਤੀਬਾੜੀ ਵਿੱਚ ਵਰਤੇ ਜਾਣ ਵਾਲੇ ਰਸਾਇਣ ਕਈ ਵਾਰ ਪਾਣੀ 'ਚ ਘੁਲ ਕੇ ਪਾਣੀ ਦੇ ਸਰੋਤਾਂ ਵਿੱਚ ਮਿਲ ਜਾਂਦੇ ਹਨ। ਘਰਾਂ ਦਾ ਸੀਵਜ ਅਤੇ ਗਾਰ ਆਦਿ ਪਾਣੀ ਦੇ ਸਰੋਤਾਂ ਵਿੱਚ ਵਹਾਉਣ ਨਾਲ ਵੀ ਪਾਣੀ ਦਾ ਪ੍ਰਦੂਸ਼ਣ ਹੁੰਦਾ ਹੈ। ਹਵਾ ਪ੍ਰਦੂਸ਼ਣ ਨੂੰ ਘੱਟ ਕਰਨ ਵਿੱਚ ਕਿਵੇਂ ਸਹਾਇਤਾ ਕਰ ਸਕਦੇ ਹੋ?
सानू निजी वाहनों की बजाय सर्वजनक वाहनों का उपयोग करना चाहिए। कूड़े करकट का सही तरीके निपटारा करना चाहिए, इसनू जलाना नहीं चाहिए। नेड़े जाने लई वाहनों की वरतों नहीं करनी चाहिए। सानू वध तों वध रुख लगाने चाहिए हैं। सानू पराली आदि खेती उपजा अग नहीं लगानी चाहिए। सानू पेट्रोल डीजल की बजाय CNG या बिजली नाल चलण वाले वाहनों की वरतों करनी चाहिए है। साफ पारदर्शी पानी हमेशा पीण योग हुंदा है? नहीं, यह कथन सही नहीं। साफ पारदर्शी पानी हमेशा पीण योग नहीं हुंदा, क्योंकि कई बार पारदर्शी पानी विच हानिकारक सूखम जीव या पारदर्शी अशुद्धियां भी हो सकदियां हन। तुसी शहर नगरपालिका दे मैंबर हो, अजिहे पहां दी सूची बनाओ जिन्हां नाल नगर दे सारे निवासियां नूं स्वच्छ पानी दी सप्लाई सुनिश्चित हो सके। सब तो पहला सारे निवासियां नूं पानी उपलब्ध करवाउणा चाहीदा है। पानी दी पाइपां दी लीक तुरंत रोकणी चाहीदी है। सही जल उपचार प्रबंध सुनिश्चित करना चाहिए। एमरजेंसी लिए उचित पानी के टैंकरों का प्रबंध करना चाहिए। शुद्ध हवा ते प्रदूषित हवा च अंतर। शुद्ध हवा प्रदूषण रहित गंद रहित होंगी है, जो अखों में जलन पैदा नहीं करती। यह सह राही अंदर ले जाने कोई दिक्कत पैदा नहीं करती। प्रदूषित हवा में कई सारे प्रदूषक मिले होंगे, इसकी भैड़ी गंद भी हो सकती है। इस नाल सह लैण विच भी दिक्कत आती है। प्रदूषित हवा नाल सह लैण ते कई सारिया बीमारियां भी लग जांदियां हन। उन्हां वस्तुआं दी व्याख्या करो जिन्हां तेजाबी वर्खा हुंदी है। तेजाबी वर्खा सानू प्रभावित किवें करदी है? सल्फर डाइआक्साइड ते नाइट्रोजन डाइआक्साइड वर्गियां गैसां हवा विचले पानी नाल क्रिया करके सल्फ्यूरिक अते नाइट्रिक तेजाब बना लैंदियां हन। इह तेजाब मीह दे पानी नूं तेजाबी बना दिंदे हन। इस वर्खा नूं तेजाबी वर्खा कहिंदे हन। तेजाबी वर्खा स्मारकां दे संगमरमर दे खोर लई जिम्मेवार है। तेजाबी वर्खा मिट्टी विच मौजूद मित्र सूखम जीवां नूं भी मारदे हन। हरा घर प्रभाव नूं अपने शब्दां च वर्णन करो। कार्बन डाइआक्साइड अते मिथेन वर्गियां गैसां धरती नाल टकरा के वापस मुड़न वाले सूरजी प्रकाश विचली गर्मी नूं सोख के वायुमंडल दा तापमान वधा दिंदियां हन। इस प्रभाव नूं ग्रीन हाउस जां हरा घर प्रभाव कहिंदे हन। ताजमहल दी सुंदरता दे संकट दा वर्णन। ताजमहल दी सुंदरता दे मुख संकट तेजाबी वर्खा करके है। तेजाबी वर्खा ताजमहल दे चिट्टे संगमरमर नूं खोर रही है अते पीला कर रही है। एक इतिहासक स्मारक का इस तरह फैक्ट्रिया के धुएं कारण खराब होना एक चिंता का विषय है। पानी विच प्रदूषकों के पद्धर विच वाधा किस तरह जली जीवों की होंद नूं प्रभावित करता है? पानी विच प्रदूषकों के पद्धर विच वाधे नाल जली जीवों नूं साह लैण ते भोजन प्राप्त करने विच दिक्कत आती है। इस तरह पानी विच प्रदूषक होण नाल जली जीव मर सकते हैं। किस नूं कुट के चादरां विच परिवर्तित किया जा सकता है? जिंक फॉस्फोरस बहुत क्रियाशील धात है। धातां गर्मी अते बिजली दियां सुचालक हुंदियां हन। आयरन कापर नालों वध क्रियाशील है। धातां तेजाबां नाल प्रतिक्रिया करके हाइड्रोजन गैस बनाउंदियां हन। आम तौर ते धातां तेजाबां नाल क्रिया करदियां हन। गलत। सोडियम बहुत क्रियाशील धात है। ठीक। कापर जिंक सल्फेट दे घोल विचों जिंक विस्थापित करदा है। गलत। कोले नूं खिच के तारां प्राप्त कीतियां जा सकदियां हन। गलत। एलूमीनियम दी फाइल दी वरतों भोजन समग्री नूं लपेटण विच कीती जांदी है। एलूमीनियम बहुत कुटीण योग धात है। इसकी पतली फाइल बनाई जा सकती है। इस तों इलावा एलूमीनियम फाइल उत्ते एलूमीनियम ऑक्साइड की परत बन जाती है, जो भोजन नाल क्रिया नहीं करन दिंदी। द्रवां नूं गर्म करन वाली इमरशन राड धातवी पदार्थां तों बनदियां हन, क्योंकि धातां ताप अते बिजली दियां वधिया चालक हन। सोडियम अते पोटाशियम नूं मिट्टी दे तेल विच रख्या जांदा है, क्योंकि सोडियम अते पोटाशियम बहुत क्रियाशील धातां हन। इसलिए हवा अते पानी दे संपर्क विच आ के अग फड़ लैंदियां हन। कि तुसी नींबू दे चार नूं एलूमीनियम दे बर्तना च रख सकते हो? नींबू दे चार विच तेजाब हुंदा है, इसलिए जेकर असीं नींबू दे चार नूं एलूमीनियम दे बर्तन च रखांगे तां तेजाब एलूमीनियम नाल क्रिया करके बर्तन नूं खोल देवेगा। नैक्सट मैचिंग है जी। गोल्ड, गहने, आयरन, मशीनां, एलूमीनियम, भोजन समग्री लपेटना, कार्बन, बालण, कापर, बिजली दी तारां, मरकरी, थर्मामीटर। धातां ते अधातां विच अंतर। धातां खिंचण योग हुंदियां, अधातां खिंचण योग नहीं हुंदियां। धातां कुटीण योग हुंदियां, अधातां कुटीण योग नहीं हुंदियां। धातां ताप दियां सुचालक हुंदियां हन, अधातां ताप दियां कुचालक हन। धातां बिजली दियां सुचालक हुंदियां हन। ग्रेफाइट नूं छड्ड के बाकी अधातां बिजली दियां कुचालक हन। धातां दी धातवी चमक हुंदी है, अधातां आम तौर ते चमकदार नहीं हुंदियां। थर्मामीटर विच इक धात भरी हुंदी है, जो कमरे दे तापमान ते द्रव अवस्था विच मिलदी है। इस धात दा नाम की है? मरकरी। इक धात नूं हवा विच खुला रख दिता, ओह जलन लगदी है। धात दा नाम की है? फॉस्फोरस। मैगनीशियम ऑक्साइड मैगनीशियम रिबन नूं हवा विच जला के प्राप्त हुंदा है। इसका सुभाव किहो जिहा हुंदा है? खारी। ओह धात जिस विच चमक हुंदी है, ग्रेफाइट। सब तो घट क्रियाशील धात कि है? प्लैटीनम। हरप्रीत ने बलदे हुए चारकोल के टुकड़े तो निकली गैस नूं इक परख नली च इकट्ठा किया, यह गैस कि है? कार्बन डाइआक्साइड।
ਧਾਤਾਂ ਦੇ ਆਕਸਾਈਡ ਸੁਭਾਅ ਵਿੱਚ ਕੀ ਹੁੰਦੇ ਹਨ। ਤੇਜ਼ਾਬੀ ਕਿਹੜੀ ਧਾਤ ਖਿੱਚਣ ਯੋਗ ਨਹੀਂ ਹੈ। ਸਲਫਰ ਕਿਸ ਤੱਤ ਧਾਤ ਦਾ ਸਮਰੂਪ ਬਿਜਲੀ ਦਾ ਸੁਚਾਲਕ ਹੈ। ਕਾਰਬਨ ਕਿਹੜੀ ਤੱਤ ਹਵਾ ਵਿਚਲੀ ਆਕਸੀਜਨ ਨਾਲ ਤਿੱਖੀ ਕਿਰਿਆ ਕਰਦਾ ਹੈ। ਸੋਡੀਅਮ ਸੋਡੀਅਮ ਅਤੇ ਪੋਟਾਸ਼ੀਅਮ ਕਿਸ ਵਿੱਚ ਸਟੋਰ ਕਰਕੇ ਰੱਖਿਆ ਜਾਂਦਾ ਹੈ। ਮਿੱਟੀ ਦਾ ਤੇਲ ਕਿਹੜੀ ਧਾਤ ਨੂੰ ਪਾਣੀ ਵਿੱਚ ਸੁਰੱਖਿਅਤ ਰੱਖਿਆ ਜਾਂਦਾ ਹੈ। ਫਾਸਫੋਰਸ ਕਿਸ ਧਾਤ ਦਾ ਬੈਂਗਣੀ ਰੰਗ ਦਾ ਘੋਲ ਐਂਟੀਬਾਇਓਟਿਕ ਦੇ ਰੂਪ ਵਿੱਚ ਜ਼ਖਮਾਂ ਤੇ ਲਗਾਇਆ ਜਾਂਦਾ ਹੈ। ਆਇਓਡੀਨ ਜਲਣ ਦੀ ਹਾਲਤਾਂ ਦੀ ਸੂਚੀ ਬਣਾਓ। ਜਲਨਸ਼ੀਲ ਪਦਾਰਥ ਦੀ ਮੌਜੂਦਗੀ, ਹਵਾ ਜਾਂ ਆਕਸੀਜਨ ਗੈਸ ਦੀ ਮੌਜੂਦਗੀ, ਤਾਪਮਾਨ ਦਾ ਜਾਲਣ ਤਾਪਮਾਨ ਤੋਂ ਵੱਧ ਹੋਣਾ। ਖਾਲੀ ਥਾਵਾਂ ਲੱਕੜੀ ਅਤੇ ਕੋਲਾ ਬਲਣ ਨਾਲ ਹਵਾ ਦਾ ਪ੍ਰਦੂਸ਼ਣ ਹੁੰਦਾ ਹੈ। ਘਰਾਂ ਵਿੱਚ ਕੰਮ ਆਉਣ ਵਾਲਾ ਇੱਕ ਦਰਬ ਬਾਲਣ ਮਿੱਟੀ ਦਾ ਤੇਲ ਹੈ, ਜਿਸ ਨੂੰ ਕੈਰੋਸਿਨ ਵੀ ਕਹਿ ਦਿੰਦੇ ਹਾਂ। ਬਲਣਾ ਸ਼ੁਰੂ ਹੋਣ ਤੋਂ ਪਹਿਲਾਂ ਬਾਲਣ ਨੂੰ ਉਸਦੇ ਜਾਲਣ ਪ੍ਰਜਲਣ ਤਾਪਮਾਨ ਤੱਕ ਗਰਮ ਕਰਨਾ ਜ਼ਰੂਰੀ ਹੈ। ਤੇਲ ਦੀ ਅੱਗ ਨੂੰ ਪਾਣੀ ਦੁਆਰਾ ਕਾਬੂ ਨਹੀਂ ਕੀਤਾ ਜਾ ਸਕਦਾ। CNG ਦੀ ਵਰਤੋਂ ਨਾਲ ਸਾਡੇ ਸ਼ਹਿਰਾਂ ਦਾ ਪ੍ਰਦੂਸ਼ਣ ਕਿਵੇਂ ਘਟਿਆ? CNG ਦੇ ਜਲਣ ਤੇ ਪੈਟਰੋਲ ਡੀਜ਼ਲ ਦੇ ਮੁਕਾਬਲੇ ਘੱਟ ਅਣਜਲੇ ਕਾਰਬਨ ਕਣਾਂ ਤੇ ਹਾਨੀਕਾਰਕ ਗੈਸਾਂ ਪੈਦਾ ਹੁੰਦੀਆਂ ਹਨ। ਇਸ ਲਈ CNG ਦੀ ਵਾਹਨਾਂ ਵਿੱਚ ਵਰਤੋਂ ਕਾਰਨ ਸ਼ਹਿਰਾਂ ਦਾ ਪ੍ਰਦੂਸ਼ਣ ਘੱਟ ਹੋਇਆ। LPG ਅਤੇ ਲੱਕੜ ਤੁਲਨਾ ਕਰੋ। LPG ਇਸਦੇ ਜਲਣ ਤੋਂ ਬਾਅਦ ਪਿੱਛੇ ਸਵਾਹ ਨਹੀਂ ਬਚਦੀ, ਲੱਕੜ ਦੇ ਜਲਣ ਪਿੱਛੇ ਸਵਾਹ ਬਚ ਜਾਂਦੀ ਹੈ। LPG ਦਾ ਭੰਡਾਰਨ ਅਤੇ ਢੋਆ ਢੁਆਈ ਸੌਖੀ ਹੈ। ਲੱਕੜ ਦਾ ਭੰਡਾਰਨ ਤੇ ਢੋਆ ਢੁਆਈ ਔਖੀ ਹੈ। LPG ਆਸਾਨੀ ਨਾਲ ਬਲਦੀ ਹੈ, ਲੱਕੜ ਆਸਾਨੀ ਨਾਲ ਨਹੀਂ ਬਲਦੀ। LPG ਜਾਲਣ ਦਾ ਤਾਪਮਾਨ ਘੱਟ ਹੈ, ਲੱਕੜ ਦਾ ਜਾਲਣ ਤਾਪਮਾਨ LPG ਤੋਂ ਵੱਧ ਹੈ। LPG ਲਗਭਗ ਪ੍ਰਦੂਸ਼ਣ ਮੁਕਤ ਬਾਲਣ ਹੈ ਤੇ ਲੱਕੜ ਜਿਹੜੀ ਹੈ ਕਾਫੀ ਮਾਤਰਾ ਵਿੱਚ ਪ੍ਰਦੂਸ਼ਣ ਕਰਦੀ ਹੈ। LPG ਲੱਕੜ ਨਾਲ ਵਧੀਆ ਘਰੇਲੂ ਬਾਲਣ ਹੈ। ਬਾਲਣ ਦੇ ਕੈਲੋਰੀ ਮੁੱਲ ਨੂੰ ਕਿਸ ਇਕਾਈ ਨਾਲ ਪ੍ਰਦਰਸ਼ਿਤ ਕੀਤਾ ਜਾਂਦਾ ਹੈ? ਕੈਲੋਰੀ ਮੁੱਲ ਵਜੋਂ ਜਾਣਿਆ ਜਾਂਦਾ ਹੈ। ਕੈਲੋਰੀ ਮੁੱਲ ਦੀ ਇਕਾਈ ਕਿਲੋ ਜੂਲ ਪ੍ਰਤੀ ਕਿਲੋਗ੍ਰਾਮ ਹੁੰਦੀ ਹੈ। ਹਰੇ ਪੱਤਿਆਂ ਦੇ ਢੇਰ ਨੂੰ ਜਲਾਉਣਾ ਮੁਸ਼ਕਿਲ ਹੁੰਦਾ ਹੈ, ਪਰ ਸੁੱਕੇ ਪੱਤਿਆਂ ਵਿੱਚ ਅੱਗ ਆਸਾਨੀ ਨਾਲ ਲੱਗ ਜਾਂਦੀ ਹੈ। ਹਰੇ ਪੱਤਿਆਂ ਵਿੱਚ ਪਾਣੀ ਦੀ ਮੌਜੂਦਗੀ ਕਾਰਨ ਤਾਪਮਾਨ ਜਾਲਣ ਤਾਪਮਾਨ ਤੱਕ ਆਸਾਨੀ ਨਾਲ ਨਹੀਂ ਪਹੁੰਚਦਾ, ਇਸ ਲਈ ਹਰੇ ਪੱਤਿਆਂ ਦੇ ਢੇਰ ਨੂੰ ਜਲਾਉਣਾ ਮੁਸ਼ਕਲ ਹੈ। ਇਸ ਦੇ ਉਲਟ ਸੁੱਕੇ ਪੱਤਿਆਂ ਵਿੱਚ ਪਾਣੀ ਦੀ ਗੈਰ ਮੌਜੂਦਗੀ ਕਾਰਨ ਅੱਗ ਆਸਾਨੀ ਨਾਲ ਲੱਗ ਜਾਂਦੀ ਹੈ। ਸੋਨੇ ਅਤੇ ਚਾਂਦੀ ਨੂੰ ਪਿਘਲਾਉਣ ਦੇ ਲਈ ਸੁਨਿਆਰਾ ਲਾਟ ਦੇ ਕਿਹੜੇ ਖੇਤਰ ਦੀ ਵਰਤੋਂ ਕਰਦਾ ਹੈ ਅਤੇ ਕਿਉਂ? ਸੁਨਿਆਰਾ ਸੋਨੇ ਅਤੇ ਚਾਂਦੀ ਨੂੰ ਪਿਘਲਾਉਣ ਲਈ ਲਾਟ ਦੇ ਪੂਰਨ ਜਾਲਣ ਵਾਲੇ ਸਭ ਤੋਂ ਬਾਹਰੀ ਖੇਤਰ ਦੀ ਵਰਤੋਂ ਕਰਦਾ ਹੈ, ਕਿਉਂਕਿ ਇਸ ਖੇਤਰ ਵਿੱਚ ਤਾਪਮਾਨ ਸਭ ਤੋਂ ਵੱਧ ਹੁੰਦਾ ਹੈ ਤੇ ਅਣਜਲੇ ਕਾਰਬਨ ਦੇ ਕਣ ਵੀ ਨਹੀਂ ਹੁੰਦੇ। ਜੇਕਰ ਤੁਸੀਂ ਇੱਕ ਲੋਹੇ ਦੇ ਟੁਕੜੇ ਨੂੰ ਇੱਕ ਚਿਮਟੀ ਦੀ ਮਦਦ ਨਾਲ ਸ਼ੁੱਧ ਆਕਸੀਜਨ ਵਿੱਚ ਮੋਮਬੱਤੀ ਦੀ ਲਾਟ ਜਾਂ ਬਰਨਰ ਵਿੱਚ ਲੈ ਕੇ ਜਾਓ ਤਾਂ ਕਿਸ ਰੰਗ ਦੀ ਲਾਟ ਨਾਲ ਜਲੇਗੀ? ਸੁਨਹਿਰੀ। LPG ਵਿੱਚ ਇੱਕ ਤੇਜ਼ ਗੰਧ ਵਾਲਾ ਮਰਕੈਪਟੋਨ ਨਾਂ ਦਾ ਪਦਾਰਥ ਮਿਲਾਇਆ ਜਾਂਦਾ ਹੈ। ਕਿਉਂ ਮਿਲਾਇਆ ਜਾਂਦਾ ਹੈ? ਗੈਸ ਦੀ ਲੀਕੇਜ ਪਤਾ ਕਰਨ ਦੇ ਲਈ। ਇੱਕ ਪਰਿਵਾਰ 12 ਕਿਲੋਗ੍ਰਾਮ 30 ਦਿਨਾਂ 'ਚ ਖਪਤ ਕਰਦਾ ਹੈ, ਇੱਕ ਦਿਨ ਦੀ ਔਸਤ ਖਪਤ ਕਿੰਨੀ ਹੋਵੇਗੀ? ਜਦੋਂ ਕੋਈ ਕੈਲੋਰੀ ਮੁੱਲ 50 ਕਿਲੋਗ੍ਰਾਮ ਦਿੱਤਾ ਹੋਵੇ, 20,000 ਜੂਲ ਪ੍ਰਤੀ ਦਿਨ। 1 ਕਿਲੋ ਬਾਲਣ ਦੇ ਡੈਸ਼ ਬਲਣ ਤੋਂ ਪੈਦਾ ਹੋਈ ਤਾਪ ਊਰਜਾ ਨੂੰ ਉਸਦਾ ਕੈਲੋਰੀ ਮੁੱਲ ਆਖਿਆ ਜਾਂਦਾ ਹੈ, ਪੂਰਾ ਬਲਣ ਤੋਂ। ਹਾਈਡਰੋਜਨ ਗੈਸ ਖਤਰਨਾਕ ਹੋਣ ਦੇ ਬਾਵਜੂਦ ਇਸਦੀ ਵਰਤੋਂ ਕਈ ਯੋਗਾਂ 'ਚ ਕੀਤੀ ਜਾਂਦੀ ਹੈ, ਕੋਈ ਇੱਕ ਉਪਯੋਗ ਦੱਸੋ। ਰਾਕਟ ਬਾਲਣ। ਆਗਰਾ ਸ਼ਹਿਰ ਵਿੱਚ ਤਾਜ ਮਹਿਲ ਦਾ ਰੰਗ ਸੰਗਮਰਮਰ ਤੇਜ਼ਾਬੀ ਵਰਖਾ ਕਾਰਨ ਖੁਰ ਰਿਹਾ ਹੈ। ਹੇਠਾਂ ਦਿੱਤੇ ਆਕਸਾਈਡਾਂ ਵਿੱਚੋਂ ਕਿਹੜੇ ਤੇਜ਼ਾਬੀ ਵਰਖਾ ਦਾ ਕਾਰਨ ਹਨ? ਸਲਫਰ, ਨਾਈਟ੍ਰੋਜਨ। ਜਦੋਂ ਮਾਚਿਸ ਤਿੱਲੀ ਲਗਣ ਵਾਲੇ ਪਾਸੇ ਤੋਂ ਰਗੜਿਆ ਜਾਂਦਾ ਹੈ ਤਾਂ ਲਾਲ ਫਾਸਫੋਰਸ ਚਿੱਟੇ ਫਾਸਫੋਰਸ ਵਿੱਚ ਬਦਲ ਜਾਂਦਾ ਹੈ। ਜਦੋਂ ਮਿਥੇਨ ਹਵਾ ਵਿੱਚ ਬਲਦਾ ਹੈ ਤਾਂ ਕਿਹੜਾ ਉਤਪਾਦ ਬਣਦਾ ਹੈ? CO2 ਪਲੱਸ 2H2O ਪਲੱਸ ਹੀਟ। ਹੇਠ ਲਿਖਿਆਂ ਵਿੱਚੋਂ ਕਿਹੜਾ ਪਦਾਰਥ ਜਲਨਸ਼ੀਲ ਨਹੀਂ ਹੈ? ਕੱਚ। ਧੱਕੇ ਜਾਂ ਖਿਚਾਅ ਦੇ ਦੁਆਰਾ ਵਸਤੂਆਂ ਦੀ ਗਤੀ ਦੀ ਅਵਸਥਾ ਵਿੱਚ ਪਰਿਵਰਤਨ ਦੀਆਂ ਦੋ ਦੋ ਉਦਾਹਰਨਾਂ ਦਿਓ। ਜਦੋਂ ਅਸੀਂ ਕਿਸੇ ਬਕਸੇ ਨੂੰ ਧੱਕਦੇ ਜਾਂ ਖਿੱਚਦੇ ਹਾਂ ਤਾਂ ਉਸ ਗਤੀ ਦੀ ਅਵਸਥਾ ਵਿੱਚ ਪਰਿਵਰਤਨ ਆ ਜਾਂਦਾ ਹੈ। ਜਦੋਂ ਅਸੀਂ ਇੱਕ ਸਾਈਕਲ ਨੂੰ ਧੱਕਦੇ ਜਾਂ ਖਿੱਚਦੇ ਹਾਂ ਉਸਦੀ ਗਤੀ ਦੀ ਅਵਸਥਾ ਬਦਲ ਜਾਂਦੀ ਹੈ। ਅਜਿਹੀਆਂ ਦੋ ਉਦਾਹਰਨਾਂ ਦਿਓ ਜਿਨ੍ਹਾਂ 'ਚ ਲਾਏ ਗਏ ਬਲ ਦੁਆਰਾ ਵਸਤੂ ਦੀ ਬਣਾਵਟ ਸ਼ਕਲ 'ਚ ਪਰਿਵਰਤਨ ਹੋ ਜਾਵੇ। ਇੱਕ ਪਲਾਸਟਿਕ ਦੀ ਬੋਤਲ ਨੂੰ ਨੱਪਣ 'ਤੇ ਉਸਦੀ ਬਣਾਵਟ ਦਾ ਸ਼ਕਲ ਬਦਲ ਜਾਂਦੀ ਹੈ। ਗਿੱਲੀ ਮਿੱਟੀ 'ਤੇ ਬਲ ਲਗਾਉਣ ਨਾਲ ਉਸਦੀ ਸ਼ਕਲ ਬਦਲ ਸਕਦੀ ਹੈ। ਗਿੱਲੇ ਆਟੇ ਤੋਂ ਰੋਟੀ ਬਣਾਉਣ ਸਮੇਂ ਬਲ ਲਗਾਉਣ ਨਾਲ ਸ਼ਕਲ ਬਦਲ ਜਾਂਦੀ ਹੈ। ਖੂਹ ਵਿੱਚੋਂ ਪਾਣੀ ਕੱਢਣ ਸਮੇਂ ਰੱਸੀ ਨੂੰ ਖਿੱਚਣਾ ਪੈਂਦਾ ਹੈ। ਇੱਕ ਚਾਰਜਿਤ ਵਸਤੂ ਅਣਚਾਰਜਿਤ ਵਸਤੂ ਨੂੰ ਖਿੱਚਦੀ ਹੈ। ਸਮਾਨ ਨਾਲ ਲੱਦੀ ਟਰਾਲੀ ਨੂੰ ਚਲਾਉਣ ਦੇ ਲਈ ਸਾਨੂੰ ਉਸਨੂੰ ਖਿੱਚਣਾ ਪੈਂਦਾ ਹੈ। ਕਿਸੇ ਚੁੰਬਕ ਦਾ ਉੱਤਰੀ ਧਰੁਵ ਦੂਜੇ ਚੁੰਬਕ ਦੇ ਉੱਤਰੀ ਧਰੁਵ ਨੂੰ ਧੱਕਦਾ ਹੈ। ਕਮਾਨ ਨੂੰ ਖਿੱਚਣ ਦੇ ਲਈ ਤੀਰ ਅੰਦਾਜ਼ ਇੱਕ ਬਲ ਲਾਉਂਦਾ ਹੈ ਜਿਸ ਦੇ ਕਾਰਨ ਇਸਦਾ ਆਕਾਰ 'ਚ ਪਰਿਵਰਤਨ ਹੁੰਦਾ ਹੈ। ਕਮਾਨ ਨੂੰ ਖਿੱਚਣ ਲਈ ਤੀਰ ਅੰਦਾਜ਼ ਦੁਆਰਾ ਲਾਇਆ ਗਿਆ ਬਲ ਪੇਸ਼ੀ ਬਲ ਦੀ ਉਦਾਹਰਣ ਹੈ। ਤੀਰ ਦੀ ਗਤੀ ਦੀ ਅਵਸਥਾ ਵਿੱਚ ਪਰਿਵਰਤਨ ਦੇ ਲਈ ਜ਼ਿੰਮੇਵਾਰ ਬਲ ਦੀ ਕਿਸਮ ਸੰਪਰਕ ਬਲ ਦੀ ਉਦਾਹਰਣ ਹੈ। ਜਦੋਂ ਤੀਰ ਟੀਚੇ ਦੇ ਵਾਰ ਗਤੀ ਕਰਦਾ ਹੈ ਤਾਂ ਉਸ ਉੱਤੇ ਲੱਗਣ ਵਾਲੇ ਬਲ ਗੁਰੂਤਾਕਰਸ਼ਣ ਅਤੇ ਹਵਾ ਦੇ ਰਗੜ ਬਲ ਦੇ ਕਾਰਨ ਹੁੰਦੇ ਹਨ। ਬਲ ਇੱਕ ਧੱਕਾ ਜਾਂ ਖਿੱਚ ਹੈ ਜੋ ਵਸਤੂ ਦੀ
स्थिति दिशा ते आकार बदलण विच सहायक है। प्रति इकाई खेत्रफल ते लगाया गया बल दाब कहाउंदा है। किसी वस्तु उत्ते इक्की दिशा विच लगाए गए बल नूं जुड़ जांदे हन। किसी गतिशील वस्तु ते लगाया गया बल गति दी दिशा विच होवे तां वस्तु दी चाल बद जांदी है। किसी गतिशील वस्तु ते लगाया गया बल गति दी दिशा दे उल्ट होवे तां वस्तु दी चाल घट जांदी है। विराम अवस्था विच पई वस्तु दी चाल सिफर होवेगी। फर्श ते रेड़ी गई गेंद कुछ दूरी तय करन तो बाद रुक जांदी है रगड़ बल कारण। एक चार्जित वस्तु द्वारा दूजी चार्जित अण चार्जित वस्तु ते लगाया गया बल स्थिर बिजली बल खवांदा है। हाथ विच फड़े सिक्के नूं छड्डन ते धरती वल डिगणा शुरू कर दिंदा है। सिक्के उत्ते लग रहे बल नूं गुरुत्वी बल कहिंदे हन। किसी गुब्बारे च हवा भरन ते फुल जांदा है। क्यों? क्योंकि हवा बर्तन दीआं दीवारां ते दबाव पाउंदी है। घरां विच पाणी दीआं टैंकियां नूं छत उपर उचाई ते क्यों रख्या जांदा है? क्योंकि पाणी दे कालम दी उचाई वध जांदी है। टूटियां च पाणी वध दाब नाल निकलदा है। पाणी दा दाब पाणी दे कालम दी उचाई दे सीधे अनुपाती हुंदा है। संपर्क बल ते असंपर्क बल। संपर्क बल चुंबकी बल रगड़ बल ते असंपर्क बल पेशी बल गुरुत्वी बल ते स्थिर बिजली बल। नेक्स्ट है जी अपने को रगड़ एक दूजे दे संपर्क विच रखियां दो वस्तुआं दी सतह ते गति दा विरोध करती है। रगड़ सतह दे सुभाव ते निर्भर करती है। रगड़ नाल गर्मी पैदा हुंदी है। कैरम बोर्ड उत्ते पाउडर छिड़कण नाल रगड़ घट जांदी है। सरकनशील रगड़ स्थितिक रगड़ नालों घट हुंदी है। मान लो दुर्घटना कारण साबण दे पानी नाल भरी बाल्टी संगमरमर दे किसी फर्श उत्ते उल्ट जाए। गिले फर्श उत्ते चलना आसान होवेगा जां औखा? गिले फर्श उत्ते चलना औखा होवेगा क्योंकि साबण नाल गिले फर्श दी रगड़ ਘੱਟ ਹੋ ਜਾਂਦੀ ਹੈ। ਖਿਡਾਰੀ ਕਿੱਲਾਂ ਵਾਲੀ ਜੁੱਤੀ ਕਿਉਂ ਪਹਿਨਦੇ ਹਨ? ਕਿੱਲਾਂ ਵਾਲੀ ਜੁੱਤੀ ਗਰਾਊਂਡ ਨਾਲ ਖਿਡਾਰੀ ਦੀ ਜਕੜ ਵਧਾ ਕੇ ਰਗੜ ਵਧਾ ਦਿੰਦੀ ਹੈ। ਇਸ ਲਈ ਖਿਡਾਰੀ ਬਿਨਾਂ ਤਿਲਕੇ ਤੇਜ਼ੀ ਨਾਲ ਭੱਜ ਜਾਂ ਰੁਕ ਸਕਦਾ ਹੈ। ਵਿਆਖਿਆ ਕਰੋ, ਸਰਕਣਸ਼ੀਲ ਰਗੜ ਸਥਿਤਿਕ ਰਗੜ ਨਾਲੋਂ ਘੱਟ ਕਿਉਂ ਹੁੰਦੀ ਹੈ? ਜਦੋਂ ਇੱਕ ਵਸਤੂ ਦੂਜੀ ਵਸਤੂ ਤੇ ਗਤੀ ਕਰਨ ਲੱਗਦੀ ਹੈ ਤਾਂ ਦੋਵਾਂ ਵਸਤੂਆਂ ਦੀਆਂ ਸਤਾਂ ਨੂੰ ਆਪਸ ਵਿੱਚ ਅੰਤਰ ਬੰਦਰ ਬਣਾਉਣ ਲਈ ਘੱਟ ਸਮਾਂ ਮਿਲਦਾ ਹੈ। ਇਸ ਲਈ ਸਰਕਣਸ਼ੀਲ ਰਗੜ ਸਥਿਤਿਕ ਰਗੜ ਨਾਲੋਂ ਘੱਟ ਹੁੰਦੀ ਹੈ। ਕਮਾਨੀਦਾਰ ਤੁਲਾ ਕਿਸ ਕੰਮ ਆਉਂਦੀ ਹੈ? ਕਿਸੇ ਵਸਤੂ ਤੇ ਲੱਗਣ ਵਾਲੇ ਗੁਰੁਤਾ ਬਲ ਨੂੰ ਮਾਪਣ ਦੇ ਲਈ। ਰਗੜ ਬਲ ਕਿਉਂ ਪੈਦਾ ਹੁੰਦਾ ਹੈ? ਸੰਪਰਕ ਵਿੱਚ ਆਉਣ ਵਾਲੀਆਂ ਦੋਸਤਾਵਾਂ ਦੀਆਂ ਅਨਿਯਮਤਾਵਾਂ ਕਾਰਨ। ਕਾਰਾਂ, ਟਰੱਕਾਂ ਤੇ ਬੱਸਾਂ ਦੇ ਟਾਇਰ ਝਰੀਦਾਰ ਕਿਉਂ ਬਣਾਏ ਜਾਂਦੇ ਹਨ? ਰਗੜ ਬਲ ਨੂੰ ਵਧਾਉਣ ਲਈ। ਵੇਲਣੀ ਰਗੜ ਸਰਕਣਸ਼ੀਲ ਰਗੜ ਤੋਂ ਘੱਟ ਕਿਉਂ ਹੁੰਦੀ ਹੈ? ਕਿਉਂਕਿ ਵਸਤੂ ਨੂੰ ਦੂਜੀ ਸਤਾ ਉੱਤੇ ਸਰਕਣ ਦੀ ਤੁਲਨਾ ਵਿੱਚ ਵੇਲਣ ਕਰਨਾ ਆਸਾਨ ਹੁੰਦਾ ਹੈ। ਸਰਕਣਸ਼ੀਲ ਰਗੜ ਨੂੰ ਵੇਲਣੀ ਰਗੜ ਬਦਲਣ ਵਾਲੇ ਯੰਤਰ ਦਾ ਨਾਮ ਬਾਲ ਬੇਰਿੰਗ। ਰਗੜ ਨਾਲ ਕੀ ਪੈਦਾ ਹੁੰਦੀ ਹੈ? ਗਰਮੀ। ਮਸ਼ੀਨਾਂ ਦੇ ਪੁਰਜਿਆਂ ਵਿੱਚ ਰਗੜ ਬਲ ਨੂੰ ਘੱਟ ਕਰਨ ਲਈ ਕਿਸ ਪਦਾਰਥ ਦੀ ਵਰਤੋਂ ਕੀਤੀ ਜਾਂਦੀ ਹੈ? ਤੇਲ ਜਾਂ ਗਰੀਸ। ਬਰਫ਼ ਉੱਤੇ ਤੁਰਨਾ ਮੁਸ਼ਕਲ ਹੁੰਦਾ ਹੈ ਕਿਉਂਕਿ ਰਗੜ ਬਲ ਘੱਟ ਹੁੰਦਾ ਹੈ। ਨਿਯਮਿਤ ਪਰਾਵਰਤਨ ਅਤੇ ਖਿਲਰਵਾਂ ਪਰਾਵਰਤਨ। ਨਿਯਮਿਤ ਪਰਾਵਰਤਨ ਚਮਕਦਾਰ ਅਤੇ ਪੱਧਰੀ ਵਸਤੂ ਤੋਂ ਹੁੰਦਾ ਹੈ। ਖਿਲਰਵਾਂ ਚਮਕਹੀਣ ਅਤੇ ਖੁਰਦਰੀਆਂ ਵਸਤਾਂ ਤੋਂ ਹੁੰਦਾ ਹੈ। ਨਿਯਮਿਤ ਪਰਾਵਰਤਿਤ ਕਿਰਨਾਂ ਸਮਾਨਾਂਤਰ ਹੁੰਦੀਆਂ ਹਨ ਤੇ ਖਿਲਰਵੇਂ ਦੇ ਵਿੱਚ ਪਰਾਵਰਤਿਤ ਕਿਰਨਾਂ ਸਮਾਨਾਂਤਰ ਨਹੀਂ ਹੁੰਦੀਆਂ। ਪਰਾਵਰਤਨ ਦੇ ਨਿਯਮ ਦੱਸੋ। ਆਪਤਨ ਕੋਣ ਹਮੇਸ਼ਾ ਪਰਿਵਰਤਨ ਕੋਣ ਦੇ ਬਰਾਬਰ ਹੁੰਦਾ ਹੈ। ਆਪਾਤੀ ਕਿਰਨ, ਪਰਾਵਰਤਿਤ ਕਿਰਨ ਅਤੇ ਆਪਤਨ ਬਿੰਦੂ ਤੇ ਅਭਿਲੰਬ ਤਿੰਨੋਂ ਇੱਕ ਹੀ ਤਲ ਵਿੱਚ ਹੁੰਦੇ ਹਨ। ਇੱਕ ਸਮਤਲ ਦਰਪਣ ਦੇ ਸਾਹਮਣੇ 1 ਮੀਟਰ ਦੂਰ ਖਲੋਤਾ ਇੱਕ ਵਿਅਕਤੀ ਆਪਣੇ ਪ੍ਰਤੀਬਿੰਬ ਤੋਂ 2 ਮੀਟਰ ਦੂਰ ਦਿਖਾਈ ਦਿੰਦਾ ਹੈ। ਜੇ ਕਿਸੇ ਸਮਤਲ ਦਰਪਣ ਦੇ ਸਾਹਮਣੇ ਖਲੋ ਕੇ ਤੁਸੀਂ ਆਪਣੇ ਸੱਜੇ ਹੱਥ ਨਾਲ ਆਪਣੇ ਖੱਬੇ ਕੰਨ ਨੂੰ ਛੂਓ ਤਾਂ ਦਰਪਣ ਵਿੱਚ ਅਜਿਹਾ ਲੱਗੇਗਾ ਕਿ ਤੁਹਾਡਾ ਸੱਜਾ ਕੰਨ ਖੱਬੇ ਹੱਥ ਨਾਲ ਛੂਇਆ ਗਿਆ। ਜਦੋਂ ਤੁਸੀਂ ਘੱਟ ਪ੍ਰਕਾਸ਼ ਵਿੱਚ ਵੇਖਦੇ ਹੋ ਤਾਂ ਤੁਹਾਡੀ ਪੁਤਲੀ ਦਾ ਆਕਾਰ ਵੱਡਾ ਹੋ ਜਾਂਦਾ ਹੈ। ਹਨੇਰੇ ਵਿੱਚ ਵਿਚਰਨ ਵਾਲੇ ਪੰਛੀਆਂ ਦੇ ਅੱਖਾਂ ਵਿੱਚ ਰੌਡ ਦੀ ਸੰਖਿਆ ਨਾਲ ਕੋਨਾਂ ਦੀ ਸੰਖਿਆ ਨਾਲੋਂ ਵੱਧ ਹੁੰਦੀ ਹੈ। ਆਪਤਨ ਕੋਣ ਪਰਿਵਰਤਨ ਕੋਣ ਦੇ ਬਰਾਬਰ ਹੁੰਦਾ ਹੈ ਹਮੇਸ਼ਾ। ਕਲਾਈਡੀਓਸਕੋਪ ਦੀ ਰਚਨਾ ਦਾ ਵਰਣਨ ਕਰੋ। ਕਲਾਈਡੀਓਸਕੋਪ ਬਣਾਉਣ ਲਈ ਦਰਪਣ ਦੀਆਂ ਲਗਭਗ 15 ਸੈਂਟੀਮੀਟਰ ਮਲਟੀਪਲਾਈ 4 ਸੈਂਟੀਮੀਟਰ 3 ਆਇਤਕਾਰ ਪੱਟੀਆਂ ਲੈ ਕੇ ਇੱਕ ਪ੍ਰਿਜ਼ਮ ਦੀ ਸ਼ਕਲ 'ਚ ਜੋੜੋ। ਇਹਨਾਂ ਨੂੰ ਗੱਤੇ ਜਾਂ ਚਾਟ ਦੀ ਬਣੀ ਇੱਕ ਸਿਲੰਡਰ ਆਕਾਰ ਟਿਊਬ ਵਿੱਚ ਚੰਗੀ ਤਰ੍ਹਾਂ ਲਗਾਓ। ਟਿਊਬ ਦੇ ਇੱਕ ਸਿਰੇ ਨੂੰ ਗੱਤੇ ਦੀ ਡਿਸਕ ਨਾਲ ਬੰਦ ਕਰੋ ਜਿਸ ਵਿੱਚ ਅੰਦਰ ਦਾ ਦ੍ਰਿਸ਼ ਵੇਖਣ ਲਈ ਇੱਕ ਛੇਕ ਹੋਵੇ। ਟਿਊਬ ਦੇ ਦੂਜੇ ਸਿਰੇ ਤੇ ਸਮਤਲ ਕੱਚ ਦੀ ਇੱਕ ਗੋਲ ਪਲੇਟ ਦਰਪਣਾਂ ਨੂੰ ਛੂੰਦੇ ਹੋਏ ਚੰਗੀ ਤਰ੍ਹਾਂ ਲਗਾਓ। ਇਸ ਪਲੇਟ ਉੱਤੇ ਛੋਟੇ ਛੋਟੇ ਰੰਗਦਾਰ ਕੱਚ ਦੇ ਕੁਝ ਟੁਕੜੇ ਰੱਖੋ। ਟਿਊਬ ਦੇ ਇਸ ਸਿਰੇ ਨੂੰ ਘਸੇ ਹੋਏ ਕੱਚ ਦੀ ਪਲੇਟ ਨਾਲ ਬੰਦ ਕਰੋ। ਵਰਣਨ ਕਰੋ ਕਿ ਤੁਸੀਂ ਆਪਣੀ ਅੱਖਾਂ ਦੀ ਦੇਖਭਾਲ ਕਿਵੇਂ ਕਰੋਗੇ। ਆਪਣੀ ਅੱਖਾਂ ਨੂੰ ਵਾਰ ਵਾਰ ਸਾਫ਼ ਪਾਣੀ ਨਾਲ ਧੋਵੋ। ਆਪਣੀ ਅੱਖਾਂ ਨੂੰ ਕਦੇ ਨਾ ਰਗੜੋ। ਸੂਰਜ ਜਾਂ ਕਿਸੇ ਤੇਜ਼ ਪ੍ਰਕਾਸ਼ ਸਰੋਤ ਨੂੰ ਕਦੇ ਵੀ ਸਿੱਧਾ ਨਾ ਦੇਖੋ। ਕਦੇ ਵੀ ਜ਼ਿਆਦਾ ਤੇਜ਼ ਜਾਂ ਮੱਧਮ ਰੋਸ਼ਨੀ 'ਚ ਨਾ ਪੜੋ। ਪੜ੍ਹਨ ਸਮੱਗਰੀ ਨੂੰ ਹਮੇਸ਼ਾ ਅੱਖਾਂ ਤੋਂ ਠੀਕ ਦੂਰੀ ਉੱਤੇ ਰੱਖ ਕੇ ਪੜੋ। ਨਿਯਮਤ ਤੌਰ 'ਤੇ ਅੱਖਾਂ ਦੇ ਮਾਹਰ ਡਾਕਟਰਾਂ ਨੂੰ ਅੱਖਾਂ ਚੈੱਕ ਕਰਵਾਉਣੀਆਂ ਚਾਹੀਦੀਆਂ ਹਨ।